ਅੱਛਾ ਜੀ, ਤੁਹਾਡੀ ਤੁਹਾਡੀ ਦੋਸਤ ਨਾਲ ਸੁਣਨਾ ਤੁਹਾਡੇ ਫੇਵਰੇਟ ਪ੍ਰੋਗਰਾਮ ਸੱਤ ਰੰਗ ਦੇ ਨਾਲ ਆ ਚੁੱਕੀ, ਅਤੇ ਜਨਾਬ ਜਿੱਥੇ ਜਿੱਥੇ ਹੈਗੇ ਹੋ ਫਟਾਫਟ ਆ ਜਾਓ, ਕਿਉਂਕਿ ਟਾਈਮ ਮੇਰੇ ਕੋਲ ਬਹੁਤ ਥੋੜ੍ਹਾ, ਬਹੁਤਾ ਟਾਈਮ ਤੁਹਾਨੂੰ ਦੇ ਕੇ ਤੁਸੀਂ ਉਂਝ ਮੱਛਰ ਜਾਂਦੇ ਹੋ, ਇਸ ਕਰਕੇ ਕੱਲ੍ਹ ਮੈਂ ਬਹੁਤ ਟਾਈਮ ਦੇ ਦਿੱਤਾ, ਲੇਕਿਨ ਅੱਜ ਮੈਂ ਸੋਚਿਆ ਵੀ ਬਸ ਇੱਕੋ ਜਗ੍ਹਾ 'ਤੇ ਆਉਣਾ ਚਾਹੀਦਾ, ਥੱਕ ਜਾਂਦਾ ਬੰਦਾ, ਰੋਟੀ ਖਾਧੀ ਹੋਣੀ ਹੋਣੀ ਤੀਜੀ ਵਾਰੀ ਤਾਂ ਮੂੰਹ 'ਤੇ ਛਾਲੇ ਪੈਣ ਵਾਲੇ ਹੋ ਗਿਆ, ਕਿਸੇ ਦੇ ਘਰੋਂ ਰੋਟੀ ਵੀ ਨਹੀਂ ਖਾਣੀ ਚਾਹੀਦੀ ਬੰਦੇ ਨੂੰ, ਕਿ ਨਹੀਂ ਇੱਦਾਂ ਹੀ ਹੈ ਨਾ। ਅੱਛਾ ਜੀ, ਲਓ ਜੀ, ਅਲੀ ਰਜ਼ਾ ਆ ਗਏ ਨੇ, ਨਾਈਸ ਕਹਿ ਰਹੇ ਨੇ ਮਲਿਕ ਜ਼ਰੀਆ, ਓਕੇ ਜੀ, ਥੈਂਕ ਯੂ ਅਲੀ ਰਜ਼ਾ। ਹੈਲੋ ਜਨਾਬ, ਹੈਲੋ ਜੀ, ਕਿੱਦਾਂ ਯੋਗੇਸ਼ ਪਟੇਕ ਆ ਗਏ ਨੇ, ਯੋਗੇਸ਼ ਸਾਹਿਬ ਕੀ ਹਾਲ ਚਾਲ ਤੁਹਾਡਾ, ਰਾਜਾ ਕਹਿੰਦੇ ਨੇ ਕੀ ਹਾਲ ਚਾਲ, ਰਾਜਾ ਸਾਹਿਬ ਮੈਂ ਬਿਲਕੁਲ ਵਧੀਆ ਅੱਲਾ ਦਾ ਸ਼ੁਕਰ। ਅਲੀ ਰਜ਼ਾ ਕਹਿੰਦੇ ਨੇ ਬਾਜੀ ਵਾਹ ਆ ਗਏ ਹੋ, ਆਹੋ ਜਨਾਬ ਆ ਗਏ ਹੋ, ਹੋਰ ਕੀ। ਅਤੇ ਭੁਪੇਸ਼ ਭੁਪੇਸ਼ ਮਹਿਰਾ ਹੈਲੋ ਕਰਦੇ ਪਏ ਨੇ, ਅਤੇ ਮੁਹੰਮਦ ਅਨੀਬ ਕਹਿੰਦੇ ਨੇ ਹਾਏ ਹੋਰ ਯੂ, ਆਈ ਐਮ ਯੂ ਏਈ ਦੁਬਈ, ਓਕੇ ਯੂ ਏਈ ਦੁਬਈ ਆ ਗਿਆ। ਮਲਿਕ ਜ਼ਰੀਆਬ ਹੈਲੋ ਕਰਦੇ ਪਏ ਨੇ, ਯਾਸੀਨ ਕਹਿੰਦੇ ਨੇ ਨਾਈਸ, ਥੈਂਕ ਯੂ ਵੈਰੀ ਜੀ ਯਾਸੀਨ। ਅਤੇ ਕੁਰਬਾਨ ਅਲੀ ਕਹਿੰਦੇ ਨੇ ਹੈਲੋ ਜੀ ਕੀ ਹਾਲ ਹੈ, ਸੱਦਾਮ ਕਹਿ ਰਹੇ ਨੇ ਨਾਈਸ, ਅਤੇ ਰਾਜਾ ਕਹਿੰਦੇ ਨੇ ਨਾਈਸ ਜੀ, ਬਹੁਤ ਸੋਹਣੇ ਲੱਗ ਰਹੇ ਹੋ, ਹਾਏ ਸੋਹਣੇ ਲੱਗਣਾ ਵੀ ਪ੍ਰੋਬਲਮ ਆ, ਹਾਂ ਮਾਸ਼ਾਅੱਲਾ ਕਹਿ ਦਿਆ ਕਰੋ। ਦੀਪਜੋਤ ਵੀ ਆ ਗਏ ਨੇ, ਆਹੋ ਦੀਪਜੋਤ ਆਹੋ ਕਿਸ ਗੱਲ 'ਤੇ ਕੀਤਾ, ਅਤੇ ਖੁਰਮ ਹਾਂ ਮੇਰੀ ਗੱਲ 'ਤੇ, ਰੋਟੀ ਖਾਣ ਵਾਲੀ ਗੱਲ 'ਤੇ, ਬਹੁਤ ਮਿਰਚਾਂ ਸੀ ਅਤੇ ਮੇਰੀ ਜੀਭ ਸੜ ਗਈ ਕਸਮੇ। ਅਤੇ ਦਿਲਜੀਤ ਆ ਗਏ ਨੇ ਜੀ, ਕਹਿੰਦੇ ਨੇ ਜੀ ਪਲੀਜ਼ ਟੂ ਸੀ ਯੂ, ਸੱਦਾਮ ਕਹਿੰਦੇ ਨੇ ਆਈ ਲਵ ਯੂ, ਲਵ ਯੂ ਟੂ ਜਨਾਬ। ਅਤੇ ਭੁਪੇਸ਼ ਕਹਿੰਦੇ ਨੇ ਜੀ ਸੋਹਣੇ ਲੱਗਦੇ ਪਏ ਹੋ ਬਹੁਤ, ਸੁਭਾਨ ਅੱਲਾ, ਸੁਭਾਨ ਅੱਲਾ ਵੀ ਠੀਕ ਆ ਹਾਂ, ਲੇਕਿਨ ਮਾਸ਼ਾਅੱਲਾ ਜ਼ਰੂਰੀ ਹੁੰਦਾ, ਸੁਭਾਨ ਅੱਲਾ ਤਾਂ ਤਾਰੀਫ ਹੋ ਗਈ ਨਾ, ਅਤੇ ਮਾਸ਼ਾਅੱਲਾ ਵੀ ਤਾਰੀਫ ਹੀ ਹੁੰਦੀ ਆ। ਅਤੇ ਖੈਰ ਜਨਾਬ ਥੈਂਕ ਯੂ, ਲੇਕਿਨ ਬਹੁਤ ਹੀ ਮੈਨੂੰ ਮਿਰਚਾਂ ਲੱਗਦੀਆਂ ਪਈਆਂ, ਮੈਨੂੰ ਸਮਝ ਨਹੀਂ ਆਉਂਦੀ। ਵਿਕਾਸ ਕਹਿੰਦੇ ਨੇ ਮਾਸ਼ਾਅੱਲਾ ਜੀ, ਅਤੇ ਸ਼ਾਨ ਮਨਸੂਰ ਹਾਈ ਕਰਦੇ ਪਏ ਨੇ, ਮਾਸ਼ਾਅੱਲਾ ਕਹਿ ਰਹੇ ਨੇ। ਸ਼ਹਜ਼ਾਦ ਕਹਿੰਦੇ ਨੇ ਹੈਲੋ ਜੀ, ਅਤੇ ਰਾਸ਼ਦ ਕਹਿੰਦੇ ਨੇ ਮਾਸ਼ਾਅੱਲਾ ਥੈਂਕ ਯੂ, ਮਾਸ਼ਾਅੱਲਾ ਦਾ ਢੇਰ ਹੀ ਲੱਗ ਗਿਆ, ਟਰੱਕ ਸਤਾ ਦਿਓ ਮਾਸ਼ਾਅੱਲਾ ਦਾ। ਮਲਿਕ ਸਾਹਿਬ ਕਹਿੰਦੇ ਨੇ ਮਲਿਕ ਸਰਜਾਬ ਅੱਜ ਤੋਂ ਕੁਛ ਜ਼ਿਆਦਾ ਹੀ ਪਿਆਰੇ ਲੱਗ ਰਹੇ ਹੋ, ਅੱਛਾ ਇਹ ਕਿੱਦਾਂ ਦੀ ਗੱਲ ਹੈ, ਮੈਨੂੰ ਪਤਾ ਨਹੀਂ ਚੱਲਿਆ। ਚੌਧਰੀ ਸ਼ਾਨ ਕਹਿੰਦੇ ਨੇ ਮੇਰੀ ਜਾਨ ਆਈ, ਆਹੋ ਤੇਰੀ ਜਾਨ ਆਈ ਤੇਰੀ ਜਾਨ ਕੱਢਣ ਵਾਸਤੇ। ਅਬਦੁਲ ਨਵਾਬ ਕਹਿੰਦੇ ਨੇ ਲਵ ਯੂ ਟੂ ਜੀ। ਭੁਪੇਸ਼ ਕਹਿੰਦੇ ਨੇ ਮਾਸ਼ਾਅੱਲਾ, ਭੁਪੇਸ਼ ਥੈਂਕ ਯੂ। ਰਾਜਾ ਕਹਿੰਦੇ ਨੇ ਲਵ ਯੂ ਜੀ, ਅਤੇ ਮੁਹੰਮਦ ਆਸਫ ਕਹਿੰਦੇ ਨੇ ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ, ਉਹ ਤੁਹਾਡੀ ਖੈਰ ਹੋ ਜਾਓ, ਹੁਣ ਤੁਸੀਂ ਮੈਨੂੰ ਇਰੀਟੇਟ ਕਰਾਉਣਾ ਇਸ ਗੱਲ ਤੋਂ। ਰਾਜਾ ਕਹਿੰਦੇ ਨੇ ਜੀ ਪਾਣੀ ਪੀ ਲਓ, ਆਹ ਗੱਲ ਚੰਗੀ ਕੀਤੀ ਹੈ ਪਾਣੀ ਪੀਣ ਵਾਲੀ, ਕਿਉਂਕਿ ਮੇਰਾ ਧਿਆਨ ਨਹੀਂ ਗਿਆ। ਜਾਸ ਕਹਿੰਦੇ ਨੇ ਜੀ ਸ਼ਹਿਜ਼ਾਦੀ, ਹਾਂ ਕਿੱਥੇ ਮੇਰੇ ਪਿੱਛੇ, ਹਾਂ ਮੈਂ ਤਾਂ ਮਲਕਾ ਨਾ, ਸ਼ਹਿਜ਼ਾਦੀ ਮੇਰੇ ਪਿੱਛੇ ਕਿਤੇ ਹੋਣੀ ਹੈ, ਪਾਣੀ ਪੀ ਲਈਏ, ਅੱਲਾ ਭਲਾ ਕਰੇ। ਟੂ ਮੱਚ ਵੇਖੀ ਚੱਲੀ ਜੱਟਾ, ਇਟਸ ਆਲ ਅਬਾਊਟ ਯੂ, ਆਲ ਅਬਾਊਟ ਯੂ, ਆਲ ਅਬਾਊਟ ਯੂ, ਜਿੰਨੀ ਸੋਹਣੀ ਲੱਗਦੀ ਮੈਂ ਇੰਨਾ ਸੋਹਣਾ ਲੱਗਦਾ ਨਹੀਂ ਤੂੰ, ਏਦਾਂ ਕਰਕੇ ਸੀ ਕੋਈ ਗਾਣਾ, ਲੇਕਿਨ ਮੈਨੂੰ ਭੁੱਲ ਗਿਆ। ਖੈਰ ਭੁੱਲ ਗਿਆ ਤਾਂ ਕੀ ਹੋਇਆ, ਸਾਨੂੰ ਕਿਹੜਾ ਕਿਸੇ ਨੇ ਕੁਛ ਕਹਿਣਾ। ਲੱਤ ਬਾਂਹ ਪੈਰ ਗਾਣੇ ਦੀ ਤੋੜਨ ਵਾਸਤੇ ਮੈਂ ਹਰ ਵੇਲੇ ਹਾਜ਼ਰ ਤਿਆਰ, ਬਿਲਕੁਲ। ਸ਼ਹਿਜ਼ਾਦ ਕਹਿੰਦੇ ਨੇ ਸਲਾਮ ਜੀ ਕੈਸੀ ਹੋ, ਵਧੀਆ ਜਨਾਬ। ਅਤੇ ਮੁਹੰਮਦ ਕਹਿੰਦੇ ਨੇ ਕੁਛ ਮਿੱਠਾ ਖਾ ਲਓ, ਖਾਧੇ ਨਾ ਬਰਫੀ ਖਾਧੀ ਹੈ, ਉਹ ਬਰਫੀ ਸੀ ਕਿ ਖਰੇ ਕੀ ਸੀ, ਮਤਲਬ ਮਿੱਠਾ ਸੀ, 16 ਸਾਲ ਕੀ ਲੱਗ ਰਹੀ ਹੋ ਗਗਨ ਕੁਮਾਰ, ਗਗਨ ਕੁਮਾਰ ਆਹ 16 ਸਾਲ ਵਾਲਾ ਕੁਛ ਬਹੁਤਾ ਨਹੀਂ ਹੋ ਗਿਆ ਕੰਮ, ਉੱਚਾ ਹੀ ਉੱਚਾ ਹੀ ਹੋ ਗਿਆ, ਚੁੱਕ ਦਿੱਤਾ ਬਹੁਤਾ ਹੀ, ਬਹੁਤਾ ਨਹੀਂ ਚੁੱਕ ਦਿੱਤਾ। ਖੈਰ ਜਨਾਬ ਛੱਡੋ, ਠੀਕ ਹੈ ਜੇ ਤੁਸੀਂ ਕਹਿ ਰਹੇ ਹੋ ਤਾਂ ਇੱਦਾਂ ਹੀ ਹੋਊਗਾ, ਹਾਂ। ਅਤੇ ਖਾਨ ਸਾਹਿਬ ਕਹਿੰਦੇ ਨੇ ਜੀ ਬਿਊਟੀਫੁੱਲ, ਥੈਂਕ ਯੂ। ਸ਼ਹਿਜ਼ਾਦ ਕਹਿੰਦੇ ਨੇ ਹਾਏ ਬੇਬੀ ਹਾਏ ਜੀ। ਭੁਪੇਸ਼ ਕਹਿੰਦੇ ਨੇ ਜੀ ਲੰਬੇ ਵਾਲ ਨੇ ਤੁਹਾਡੇ, ਆਹੋ ਜਨਾਬ ਲੰਬੇ ਵਾਲ ਨੇ ਅਲਹਮਦੁਲਿਲਾ। ਅਤੇ ਇਹ ਕਹਿੰਦੇ ਨੇ ਜੂਸ ਪੀਓ, ਹਾਂ ਆ ਜੂਸ ਪੀਣ ਵਾਲੀ ਗੱਲ ਵੀ ਕੀਤੀ ਹੈ, ਜੂਸ ਪਏ ਹੋਏ ਆ ਕੋਲ ਹੀ, ਅਤੇ ਉਹਨਾਂ ਦੀ ਐਕਸਪਾਇਰੀ 'ਚ ਰਹਿ ਗਏ 3 ਦਿਨ, ਅਤੇ ਜੇ 3 ਦਿਨ ਤੱਕ ਮੇਰੇ ਅੰਦਰੋਂ ਨਾ ਨਿਕਲੇ ਤਾਂ ਅੰਦਰ ਹੀ ਐਕਸਪਾਇਰ ਹੋ ਜਾਣੇ ਆ, ਅਤੇ ਉਹਦਾ ਜਿਹੜਾ ਫਿਰ ਨੈਗੇਟਿਵਿਟੀ ਹੋਣੀ ਆ ਉਹਦਾ ਕੌਣ ਰਿਸਪੋਂਸੀਬਲ ਆ, ਹੈ ਉਹਦੀ ਮੈਂ ਹੀ ਰਿਸਪੋਂਸੀਬਲ ਹੋਵਾਂਗੀ, ਫਿਰ ਹੋਰ ਤਾਂ ਕਿਸੇ ਨੇ ਨਹੀਂ ਹੋਣਾ। ਅਤੇ ਲਓ ਜੀ ਜਸ ਕਹਿੰਦੇ ਨੇ ਜੀ 61 ਸਾਲ ਦੀ, ਆਹੋ 61 ਸਾਲ ਦੀ ਤੇਰੀ ਦਾਦੀ ਲੱਗਦੀ ਹੈ, ਲੱਗਦਾ ਕੁਛ 61 ਸਾਲ ਦਾ, ਤੂੰ ਤਾਂ ਦਫਾ ਹੀ ਹੋ ਜਾ, ਤੂੰ ਤਾਂ ਮੇਰੇ ਪ੍ਰੋਗਰਾਮ 'ਚ ਨਾ ਆਇਆ ਕਰ, ਮੈਨੂੰ ਤੇਰੀ ਇਹ ਗੱਲ ਬਿਲਕੁਲ ਪਸੰਦ ਨਹੀਂ ਆਈ। ਯਕੂਬ ਕਹਿੰਦੇ ਨੇ ਜੀ ਅਸਲਾਮ ਅਲੈਕੁਮ, ਵਾਲਿਕੁਮ ਸਲਾਮ ਯਕੂਬ ਸਾਹਿਬ, ਕਿੱਦਾਂ ਹੁੰਦੇ? ਲੱਕੀ ਕਹਿੰਦੇ ਨੇ ਜੀ ਆਹੋ, ਅੱਛਾ ਮੈਨੂੰ ਸਮਝ ਨਹੀਂ ਆਉਂਦੀ, ਆ ਦੇਖੋ ਵੀ ਰਾਮ ਰਾਮ ਕੀ ਹੁੰਦਾ, ਰਾਮ ਦਾ ਮਤਲਬ ਕੀ ਆ, ਹਾਂ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਜਿਹੜਾ ਅਸਲਾਮੁ ਅਲੈਕੁਮ ਕਹੀਦਾ ਨਾ ਉਹਦਾ ਮਤਲਬ ਹੁੰਦਾ ਦੁਆ, ਠੀਕ ਹੈ, ਦੁਆ ਦੇਈਦੀ ਆ, ਇਹਦੇ 'ਚ ਕੋਈ ਮੁਸਲਮਾਨ ਜਾਂ ਕਾਫਰ ਨਹੀਂ ਹੋ ਜਾਂਦਾ, ਇਹਦਾ ਮਤਲਬ ਹੁੰਦਾ ਵੀ ਤੁਹਾਡੇ 'ਤੇ ਸਲਾਮਤੀ ਹੋਵੇ, ਠੀਕ ਆ, ਜੇ ਤੁਹਾਨੂੰ ਬੁਰਾ ਲੱਗਦਾ ਅਤੇ ਉਹਦੇ 'ਚ ਮਤਲਬ ਮਜ਼ਹਬ ਇਨਵੋਲਵ ਨਹੀਂ ਹੁੰਦਾ। ਆਹ ਜਿਹੜਾ ਰਾਮ ਰਾਮ ਜਦੋਂ ਕਹਿੰਦੇ ਹੋ ਨਾ ਇਹਦੇ 'ਚ ਮਜ਼ਹਬ ਇਨਵੋਲਵ ਹੋ ਜਾਂਦਾ, ਠੀਕ ਆ, ਇਸ ਕਰਕੇ ਮੈਂ ਆਹ ਕਹਿੰਦੀ ਨਹੀਂ, ਜਦੋਂ ਤੁਸੀਂ ਲਿਖ ਦਿੰਦੇ ਹੋ ਅਤੇ ਮੈਂ ਕਹਿੰਦੀ ਨਹੀਂ, ਇਹ ਗਲਤ ਗੱਲ ਹੋ ਜਾਂਦੀ। ਜਦੋਂ ਮੈਂ ਕਹਾਂਗੀ ਅਸਲਾਮੁ ਅਲੈਕੁਮ ਵੀ ਤੇਰੇ 'ਤੇ ਸਲਾਮਤੀ ਹੋਵੇ, ਇਹਦੇ 'ਚ ਮਜ਼ਹਬ ਤਾਂ ਕਿਤੋਂ ਨਾ ਆਇਆ। ਇਸ ਕਰਕੇ ਜਿਹੜਾ ਵੀ ਕੋਈ ਸਾਡਾ ਇੰਡੀਆ ਤੋਂ ਬੰਦਾ, ਜਿਹੜਾ ਵੀ ਕੋਈ ਇੱਧਰੋਂ ਉੱਧਰੋਂ ਆ,
ਤੇ ਉਹ ਸਲਾਮ ਕਰ ਲਵੇ, ਵਧੀਆ ਗੱਲ ਹੁੰਦੀ ਹੈ, ਇੱਕ ਦੂਸਰੇ ਦੀ ਦੁਆ ਨਿਕਲਦੀ ਆ ਮੂੰਹ ਚੋਂ, ਠੀਕ ਹੈ ਨਾ? ਤੇ ਆ ਖਾਲੀ ਰਾਮ ਰਾਮ ਕਹਿਣਾ ਤਾਂ ਕੁਝ ਵੀ ਨਹੀਂ ਹੁੰਦਾ ਕਿ ਨਹੀਂ, ਗਲਤ ਕਿਹਾ ਕਿ ਠੀਕ ਆ? ਜਸ ਜੀ ਕਹਿੰਦੇ ਨੇ ਜੀ ਮੈਂ ਕਿਹਾ 22 ਨਹੀਂ ਸ਼ਾਇਦ 61 ਲਿਖਣਾ ਸੀ, ਤੂੰ ਬਾਸ ਆ ਜਾ, ਸਮਝ ਆਈ ਆ? ਲਿਆਸ ਮਲਿਕ ਆ ਗਏ, ਕਹਿੰਦੇ ਨੇ ਸੋ ਸਵੀਟ ਲਿਆਸ ਮਲਿਕ ਸਾਹਿਬ, ਕਿੱਥੇ ਗਾਇਬ ਹੋ, ਇੰਨੇ ਦਿਨ ਹੋ ਗਏ ਤੁਹਾਨੂੰ, ਕਿੱਥੇ ਜ਼ਮੀਨ ਦੇ ਅੰਦਰ ਕਿ ਉੱਤੇ, ਅਸਮਾਨਾਂ ਦੇ ਉੱਤੇ ਤਾਂ ਨਹੀਂ ਉੱਡ ਗਏ, ਕੀ ਹਿਸਾਬ ਕਿਤਾਬ ਹੈ ਤੁਹਾਡਾ? ਹੈ ਜੀ ਨੈਨਾ ਰਿੰਟ ਕਹਿੰਦੇ ਨੇ ਸਲਾਮ ਯਾ ਅਲੀ ਮਦਦ, ਅੱਛਾ ਜੀ। ਅਤੇ ਜਸ ਕਹਿੰਦੇ ਨੇ, ਜਸ ਜੇ ਕਹਿੰਦੇ ਨੇ ਜੀ ਮੈਂ ਤਾਂ ਕੁਝ ਕਿਹਾ ਨਹੀਂ, ਆਹੋ ਤੂੰ ਤਾਂ ਕੁਛ ਨਹੀਂ ਕਿਹਾ, ਤੂੰ ਉਹ ਮਿੱਠੀ ਛੁਰੀ ਹੈ ਜਿਹੜੀ ਚੁੱਪ ਕਰਕੇ ਫਿਰ ਜਾਂਦੀ ਹੈ ਅਤੇ ਬਾਅਦੋਂ ਪਤਾ ਲੱਗਦਾ ਕਿ ਕੋਈ, ਆਹੋ ਹੈ ਨਾ। ਅਤੇ ਇੱਕ ਕਹਿੰਦੀ ਮਿੱਠੀ ਚੂੰਡੀ, ਤੂੰ ਉਹ ਮਿੱਠੀ ਚੂੰਡੀ ਆ ਜਿਹੜਾ ਬਾਅਦ 'ਚ ਨਾ ਇੰਨੀ ਝਗੜਾ ਫਸਾਦ ਪਵਾ ਕੇ ਕਹਿੰਦਾ ਮੈਂ ਕੀ ਕਿਹਾ ਸੀ, ਆਹੋ ਉਹ ਨਿੱਕੀ ਜਿਹੀ ਗੱਲ ਤੋਂ ਨਾ ਇੰਨਾ ਫਸਾਦ ਪਵਾ ਦਿੰਦੇ ਨੇ ਤੇਰੇ ਅਗਰੇ ਲੋਕ, ਬਾਅਦ 'ਚੋਂ ਕਹਿੰਦੇ ਮੈਂ ਤਾਂ ਕੁਛ ਕਿਹਾ ਹੀ ਨਹੀਂ, ਤੂੰ ਉਹੀ ਬੰਦਾ। ਅਤੇ ਅਲੀ ਮੁਰਤਜ਼ਾ ਕਹਿੰਦੇ ਨੇ ਹਾਏ, ਅਤੇ ਐਮ ਵੀ ਕਹਿੰਦੇ ਨੇ ਸਲਾਮ ਵਾਲੇਕੁਮ, ਵਾਲੇਕੁਮ ਸਲਾਮ ਜਨਾਬ। ਅਤੇ ਐਮ ਯਕੂਬ ਲਾਸ਼ਾਰੀ ਕਹਿੰਦੇ ਨੇ ਵੈਰੀ ਗੁੱਡ, ਓਕੇ। ਕੈਸਰ ਕਹਿੰਦੇ ਨੇ ਮਾਸ਼ਾਅੱਲਾ। ਅਤੇ ਕੈਸਰ ਰਿਹਾਨ ਕਹਿੰਦੇ ਨੇ ਜੀ ਬਿਊਟੀਫੁਲ, ਥੈਂਕ ਯੂ ਵੈਰੀ ਮੱਚ। ਮੁਹੰਮਦ ਇਕਰਾਮ ਕਹਿੰਦੇ ਨੇ ਜੀ ਹਾਏ, ਅਤੇ ਮੁਹੰਮਦ ਬੱਟ ਕਹਿੰਦੇ ਨੇ ਜੀ ਸੋਰੀ ਮਨਾਨ ਬੱਟ, ਵਾਈ ਕੈਚ ਇਜ਼ ਧਾਰ, ਇਹ ਕਿਹੜੀ ਇੰਗਲਿਸ਼ ਲਿਖੀ, ਅੱਲਾ ਮਾਫ਼ ਕਰੇ, ਅੰਗਰੇਜ਼ ਪੜ੍ਹ ਲੈਣਾ ਅਤੇ ਤੈਨੂੰ ਪਾ ਲੰਮਾ ਲੈਣ ਅਤੇ ਲਾਹ ਜੁੱਤੀ ਲੈਣ। ਅਤੇ ਹੈ ਕੌਣ, ਗੁਰਮੀਤ ਸਿੰਘ ਕਹਿੰਦੇ ਨੇ ਜੀ ਬਿਊਟੀਫੁਲ ਲੱਗ ਰਿਹਾ, ਥੈਂਕ ਯੂ ਵੈਰੀ ਮੱਚ। ਅਤੇ ਅੱਲਾ ਰੱਖਾ ਕਹਿੰਦੇ ਨੇ ਸਲਾਮ ਵਾਲੀਕੁਮ ਸਲਾਮ ਚੌਧਰੀ, ਨਮਾਨ ਚੱਕਰਗੜ ਤੋਂ ਸ਼ਹਿਜ਼ਾਦੀ ਕਹਿ ਰਹੇ ਨੇ, ਹਾਫਿਜ਼ ਕਹਿੰਦੇ ਨੇ ਸਲਾਮ ਅਲੈਕੁਮ, ਤਾਹਿਰ ਕਹਿੰਦੇ ਨੇ ਜੀ ਮਾਸ਼ਾਅੱਲਾ ਬਹੁਤ ਕਿਊਟ ਹੋ, ਥੈਂਕ ਯੂ ਵੈਰੀ ਮੱਚ ਜੀ। ਸ਼ਾਨ ਮਨਸੂਰ ਕਹਿੰਦੇ ਨੇ ਜੀ ਮਿਰਚੀ ਲੱਗੀ ਹੈ ਤਾਂ ਥੋੜ੍ਹੀ ਚੀਨੀ ਖਾ ਲਓ, ਚੀਨੀ ਛੱਡ ਮੈਂ ਮਿਠਿਆਈ ਖਾਧੀ ਆ। ਚੌਧਰੀ ਸ਼ਾਨ ਕਹਿੰਦੇ ਨੇ ਜੀ ਮਿੱਠੀ ਚੂੰਡੀ, ਮਿੱਠੀ ਚੂੰਡੀ ਆਫਕੋਰਸ। ਅਤੇ ਇਹ ਕੌਣ ਨੇ, ਹਾਜੀ ਬਿਊਟ ਕਹਿੰਦੇ ਨੇ ਜੀ ਬਿਊਟੀਫੁਲ ਖੁਰਮ ਕਹਿੰਦੇ ਨੇ, ਹਾਏ ਜੀ ਮਲਿਕ ਕਹਿੰਦੇ ਨੇ ਹਾਏ। ਅਤੇ ਇਸ਼ਫਾਕ ਕਹਿੰਦੇ ਨੇ ਉਹ ਸੋਹਣਿਓ ਜੀ ਕੀ ਲਾਈਵ ਹੋਰ ਸੋਹਣਿਓ, ਅਤੇ ਪਤਾ ਨਹੀਂ ਕੀ ਹੋ ਗਿਆ, ਅਤੇ ਕਾਲ ਕਰ ਲਓ ਅਤੇ ਬਲੈਕ ਚਸ਼ਮਾ ਲਗਾਓ। ਆਹ ਬਲੈਕ ਚਸ਼ਮੇ ਦੀ ਬਹੁਤ ਫਰਮਾਇਸ਼ ਆਉਂਦੀ ਹੈ, ਕੀ ਕਰਾਂ ਮੈਂ। ਜ਼ਾਹਿਰ ਕਹਿੰਦੇ ਨੇ ਨੈਨਾ ਜੀ ਅੱਜ ਬਹੁਤ ਪਿਆਰੇ ਲੱਗ ਰਹੇ ਹੋ, ਜ਼ਫਰ ਇਕਬਾਲ ਸਾਹਿਬ ਥੈਂਕ ਯੂ ਵੈਰੀ ਮੱਚ। ਹੁਸਨੈਨ, ਇਹ ਜਦੋਂ ਤੁਸੀਂ ਲੋਕ ਕਹਿੰਦੇ ਹੋ ਅੱਜ ਬਹੁਤ ਪਿਆਰੇ ਲੱਗ ਰਹੇ ਹੋ, ਉਹਦਾ ਮਤਲਬ ਹੁੰਦਾ ਤੁਸੀਂ ਕੱਲ੍ਹ ਬਹੁਤ ਭੈੜੇ ਲੱਗ ਰਹੇ ਸੋ, ਮਤਲਬ ਤੁਸੀਂ ਇੰਨੇ ਪਿਆਰੇ ਹੈ ਨਹੀਂ ਲੇਕਿਨ ਅੱਜ ਪਿਆਰੇ ਲੱਗ ਰਹੇ ਹੋ, ਇਹਨਾਂ ਗੱਲਾਂ ਦਾ ਇਹ ਮਤਲਬ ਹੁੰਦਾ ਜੇ ਮੈਂ ਨੈਗੇਟਿਵ ਸੋਚਾਂ, ਪਰ ਮੈਂ ਨੈਗੇਟਿਵ ਸੋਚਦੀ ਨਹੀਂ, ਮੈਂ ਪੋਜ਼ਿਟਿਵ ਸੋਚਦੀ। ਜੇ ਤੁਸੀਂ ਕਹਿ ਰਹੇ ਹੋ ਮੈਂ ਅੱਜ ਪਿਆਰੇ ਲੱਗ ਰਹੇ, ਇਹਦਾ ਮਤਲਬ ਮੈਂ ਪਿਆਰੀ ਹਾਂ, ਕਿਉਂਕਿ ਮੈਂ ਰੋਜ਼ ਹੀ ਸਾਰੇ ਦੇ ਸਾਰੇ ਲੋਕ ਤਕਰੀਬਨ ਆਹੀ ਗੱਲ ਸੇਮ ਕਹਿੰਦੇ ਆ, ਅੱਜ ਬਹੁਤ ਪਿਆਰੇ ਲੱਗ ਰਹੇ ਹੋ, ਚਾਹੇ ਜਿਹੜੀ ਕੱਲ੍ਹ ਗੁਜ਼ਰੀ ਉਸ ਦਿਨ ਕਹਿੰਦੇ ਸੀ ਅੱਜ ਬਹੁਤ ਪਿਆਰੇ ਲੱਗ ਰਹੇ ਹੋ, ਔਰ ਅੱਜ ਫਿਰ ਕਹਿੰਦੇ ਨੇ ਬਹੁਤ ਪਿਆਰੇ ਲੱਗ ਰਹੇ ਹੋ। ਹੈ ਜੀ ਇਹ ਕੌਣ ਨੇ, ਮੇਰੀ ਬਰਥਡੇ ਹੈ ਅੱਜ, ਉਹ ਗੁਰਮੀਤ ਸਿੰਘ ਜੀ, ਹੈਪੀ ਬਰਥਡੇ ਟੂ ਯੂ। ਹਾਂ, ਅੱਲਾਹ ਤਾਲਾ ਤੁਹਾਨੂੰ ਬਹੁਤ ਸਾਰੇ ਚੰਗੇ ਵਧੀਆ ਸਾਲ, ਖੁਸ਼ੀਆਂ ਭਰੇ ਅਤੇ ਸਿਹਤ ਦੇ ਨਾਲ ਵੇਖਣ ਨੂੰ ਨਸੀਬ ਫਰਮਾਏ, ਆਮੀਨ। ਅੱਛਾ ਜੀ, ਮੁਜ਼ੱਫਰ ਕਹਿੰਦੇ ਨੇ ਹਾਏ ਜਾਨ, ਅਤੇ ਸ਼ਾਨ ਕਹਿੰਦੇ ਨੇ ਜੀ ਆਜ ਬਹੁਤ ਪਿਆਰੀ ਲੱਗ ਰਹੀ ਹੋ, ਥੋੜ੍ਹਾ ਦੁਪੱਟਾ ਜਾਂ ਲੈ ਲਓ ਤੋ ਸ਼ਰਟ। ਇਹ ਦੁਪੱਟੇ ਵਾਲੀ ਕੌਮ ਫਿਰ ਆ ਗਈ, ਮੈਂ ਕਿਹਾ ਨਾ ਦੁਪੱਟੇ ਲਿੱਤੇ ਨੇ ਮੈਂ, ਪਰ ਅਲਮਾਰੀ 'ਚ ਰੱਖੇ ਨੇ ਲੈ ਕੇ, ਕਾਸ਼ ਆਪ ਹਮਾਰੇ ਉੱਤੇ। ਸਲਾਮ, ਵਾਲੇਕੁਮ ਸਲਾਮ ਜੀ। ਮੁਜ਼ੱਫਰ ਕਹਿੰਦੇ ਨੇ ਹਾਏ ਜਾਨ, ਅਤੇ ਮਨਾਨ ਬੱਟ ਕਹਿੰਦੇ ਨੇ ਸਪੀਚਸ ਸ਼ੇਅਰ ਸੋਚੂੰ, ਦੋ ਸਪੀਚ ਸੋਚੋ, ਪਤਾ ਨਹੀਂ ਕੀ, ਕਾਸ਼ ਆਪ ਹਮਾਰੇ ਹੋ। ਤੇ ਕਹਿੰਦੇ ਨੇ ਹੋਰ ਯੂ ਵਧੀਆ, ਜਾਵੇਦ ਕਹਿੰਦੇ ਨੇ ਹੈਲੋ ਜੀ, ਅਤੇ ਅਸਰ ਕਹਿੰਦੇ ਨੇ ਨਾਇਸ ਜੀ, ਅਤੇ ਕਾਸ਼ੀ ਕਹਿੰਦੇ ਨੇ ਔਸਮ, ਹਫੀਜ਼ ਕਹਿੰਦੇ ਨੇ ਹਾਏ ਜਾਨ, ਅਤੇ ਬਾਵਾਸ ਕਹਿੰਦੇ ਨੇ ਅੱਜ ਕੋਚੀ ਲੱਗ ਰਹੀ ਹੈ। ਜੇ ਤੂੰ ਮੈਨੂੰ ਕੋਚੀ ਕਹਿ ਰਿਹਾ ਇਹਦਾ ਮਤਲਬ ਹੈ, ਹਾਂ ਸਮਝ ਤੇ ਤੂੰ ਗਿਆ ਹੈਗਾ, ਮਤਲਬ ਇੰਨੇ ਲੋਕ ਜਿਹੜੇ ਆ ਉਹ ਕਹਿ ਰਹੇ ਨੇ ਵੀ ਅੱਜ ਤੂੰ ਸੋਹਣੀ ਲੱਗ ਰਹੀ, ਜੇ ਤੂੰ ਇਕੱਲਾ ਜਣਾ ਜਿਹੜਾ ਵਿੱਚੋਂ ਇੱਦਾਂ ਦੀ ਗੱਲ ਕਰ ਰਿਹਾ, ਮਤਲਬ ਤੇਰੀ ਨਜ਼ਰ 'ਚ ਕੋਈ ਡਿਫੈਕਟ ਹੈ, ਆ ਜਿਹੜੀ ਮੈਂ 1-5 ਵਾਲੀ ਐਨਕ ਲਾਈ ਆ ਆਹ ਹੀ ਤੂੰ ਲਾ, ਫਿਰ ਤੇਰਾ ਲਾਜ ਆ। ਹਾਂ, ਜਸ ਕਹਿੰਦੇ ਨੇ ਜੀ ਮੇਰਾ ਬਰਥਡੇ 21/4/2018 ਨੂੰ ਆ, ਸੀ 21/4/2018 ਨੂੰ ਤੇਰਾ ਬਰਥਡੇ ਨਹੀਂ ਸੀ, 21/4 ਨੂੰ ਤੇਰਾ ਬਰਥਡੇ ਸੀ, 18 ਨੂੰ ਨਹੀਂ ਹੋ ਸਕਦਾ। ਜੇ 21/4/2018 ਨੂੰ ਹੁੰਦਾ ਤੇ ਅੱਜ ਤੂੰ ਕਿੰਨੇ ਦਿਨਾਂ ਦਾ ਆਉਣਾ ਸੀ, ਪੂਰੇ ਮੇਰਾ ਖਿਆਲ ਹੈ 12 ਘੰਟਿਆਂ ਦਾ ਆਉਣਾ ਸੀ ਤੂੰ। ਇਸ ਕਰਕੇ ਇਹ ਵਿੱਚ ਸਨ ਨਹੀਂ ਪਾਈਦਾ ਹੁੰਦਾ, ਸਨ ਕੱਢ ਕੇ ਬਰਥਡੇ ਦੱਸੀ ਦੀ ਹੁੰਦੀ ਆ, ਫੋਰ ਯੋਰ ਕਾਇੰਡ ਇਨਫੋਰਮੇਸ਼ਨ। ਜਸ ਆ ਜਿਹੜੇ ਬਹੁਤੇ ਲੋਕ ਨਾ ਬਣਦੇ ਨਾ ਐਕਸਟਰਾ ਸਮਾਰਟ, ਉਹ ਹਮੇਸ਼ਾ ਕੋਈ ਨਾ ਕੋਈ ਬੋਂਗੀ ਮਾਰ ਦਿੰਦੇ ਆ, ਔਰ ਤੂੰ ਬਹੁਤ ਵੱਡੀ ਬੋਂਗੀ ਮਾਰੀ ਆ। ਅਲੀ ਅਸਜਿਦ ਕਹਿੰਦੇ ਨੇ ਜੀ ਸੋਚੋ ਕੋ ਬਦਲਨੇ ਕਾ ਅਜ਼ਾਬ ਹਮਾਰੇ, 18ਵੇਂ ਫਾਰਿਗ ਪਤਾ ਨਹੀਂ ਕੀ ਹੋ ਗਿਆ। ਬਿਲਾਲ ਕਹਿੰਦੇ ਨੇ ਜੀ ਅਤੇ ਮੈਂ ਕਹਿੰਦਾ ਵਾਂ ਕਿ ਪਤਾ ਨਹੀਂ ਕੀ, ਜੋ ਵੀ ਕੋਈ ਕਹਿੰਦੇ ਹੋ ਇਟਸ ਓਕੇ। ਅਤੇ ਇਹ ਜਿਹੜੇ ਲੋਕ ਮੇਰੇ ਨਾਲ ਹੋ, ਸ਼ੇਅਰ ਦਾ ਬਟਨ ਕਿੰਨੇ ਨੱਪਣਾ, ਦੀਪਜੋਤ ਤੂੰ ਇਹਨਾਂ ਨੂੰ ਦੱਸਦਾ ਨਹੀਂ ਕਿ ਸ਼ੇਅਰ ਦਾ ਬਟਨ ਵੀ ਨੱਪੀਦਾ ਹੁੰਦਾ, ਇਹ ਸਾਡੇ ਪ੍ਰੋਗਰਾਮ 'ਚ ਆਉਣ ਲਈ ਬਹੁਤ ਜ਼ਰੂਰੀ ਹੈ ਕਿ ਸ਼ੇਅਰ ਦਾ ਬਟਨ ਨੱਪੋ, ਠੀਕ ਹੈ। ਅਤੇ ਕਲਿਆਣ ਦੱਤ ਆ ਗਏ ਨੇ, ਕਹਿੰਦੇ ਨੇ ਹਾਰ ਯੂ ਮਾਈ ਡਾਰਲਿੰਗ ਲਵਰ ਨੈਨਾ। ਕਲਿਆਣ ਦੱਤ ਤੂੰ ਇੰਨੇ ਦਿਨਾਂ ਬਾਅਦ ਆਇਆ, ਮੈਂ ਬਿਲਕੁਲ ਠੀਕ ਹਾਂ, ਤੂੰ ਸੁਣਾ ਕਿੱਥੇ ਗਿਆ ਹੋਇਆ ਸੀ। ਇਹ ਕਿਉਂ ਨੇ, ਵੇਪਰੀਤਾ ਨੇ ਬੜੀ ਖੂਬਸੂਰਤ ਲੱਗ ਰਹੀ ਹੋ ਕਸਮ ਸੇ, ਥੈਂਕ ਯੂ। ਤਾਹਿਰ ਕਹਿੰਦੇ ਨੇ ਜੀ ਬਲੈਕ ਚਸ਼ਮਾ ਲਗਾਓ ਡੀਅਰ,
ਲਾਨੀ ਆ, ਸਬਰ ਕਰ ਲਓ। ਜਸਗਿੱਲ ਕਹਿੰਦੇ ਨੇ ਜੀ ਕੱਲ ਸੀ, ਹਾਂ ਕੱਲ ਸੀ ਤੇ ਕੱਲ ਦੱਸਿਆ ਕਿ ਉਹਨੇ ਕਿਤੇ ਨਹੀਂ ਬਰਥਡੇ ਆ। ਕੱਲ ਕਿੰਨੀ ਦੇਰ? ਇੱਕ ਘੰਟਾ ਮੈਂ ਯੂਟਿਊਬ ਤੇ ਤੁਹਾਡੇ ਨਾਲ ਰਹੀ, ਇੱਕ ਘੰਟਾ ਮੈਂ ਐਸਟੀਐਮ ਤੇ ਤੁਹਾਡੇ ਨਾਲ ਰਹੀ, ਤੇ ਕਿਉਂ ਨਹੀਂ ਦੱਸਿਆ? ਤੇ ਚੱਲ ਕੱਲ ਦੱਸ ਦਿੰਦਾ ਤੇ ਮੈਂ ਤੈਨੂੰ ਬੋਲ ਕੇ ਹੈਪੀ ਬਰਥਡੇ ਕਹਿ ਦਿੰਦੀ, ਜਾਂ ਤੇਰੀ ਬਰਥਡੇ ਦੀ ਖੁਸ਼ੀ 'ਚ ਮੈਂ ਕੁਛ ਮੰਗਵਾ ਕੇ ਖਾ ਲੈਂਦੀ, ਹੈ ਨਾ, ਵਧੀਆ ਲੱਗਦਾ। ਤੇ ਆਈ ਮਿਸ ਯੂ ਨੈਨਾ ਡਾਰਲਿੰਗ, ਲਵ ਯੂ, ਥੈਂਕ ਯੂ। ਤੇ ਇਹ ਕੋਨੇ ਦੀਨਾ ਕਹਿੰਦੇ ਨੇ ਜੀ ਕਾਲ ਮੀ, ਅੱਛਾ ਸਾਰੇ ਕੰਮ ਛੱਡ ਦਿਆਂ ਤੈਨੂੰ ਕਾਲ ਕਰ ਲਵਾਂ, ਏਡਾ ਤੂੰ ਸੋਹਣਾ ਹੈਂ, ਤੂੰ ਸ਼ੇਖ ਅਬਦੁਲ ਅਜ਼ੀਜ਼ ਦਾ ਭਾਣਜਾ, ਤੈਨੂੰ ਮੈਂ ਕਾਲ ਕਰ ਲਵਾਂ। 5 ਮਹੀਨੇ ਹੋ ਗਏ ਮੈਂ ਆਪਣੇ ਮੋਬਾਈਲ 'ਚ ਕਦੀ ਬੈਲੈਂਸ ਨਹੀਂ ਪਵਾਇਆ, ਇਸੇ ਕਰਕੇ ਕਿ ਤੁਹਾਡੇ ਅਗਰਿਆਂ ਨੂੰ ਕਾਲ ਨਾ ਕਰਨੀ ਪੈ ਜਾਵੇ। ਮੇਰਾ ਤਾਂ ਦਿਲ ਕਰਦਾ ਮੈਂ ਉਹਦੀ ਇਨਕਮਿੰਗ ਵੀ ਬੰਦ ਕਰਾ ਦਿਆਂ। ਹੈਲੋ ਜੀ, ਹੁਣ ਹੋਣ ਲੱਗਾ ਸ਼ਸ਼ਕਾ ਸ਼ੁਰੂ, ਅਤੇ ਤੁਹਾਡੇ ਮੈਸੇਜ ਮੂਸੇਜ ਮੈਂ ਕੋਈ ਨਹੀਂ ਪੜ੍ਹਨੇ, ਅਤੇ ਕੀ ਕਰਨਾ, ਸਿਰਫ ਗਲਾਸਿਸ ਲਾ ਕੇ ਖਾਣੇ। ਇਹ ਗਲਾਸਿਸ ਦੇ ਸ਼ਦਾਈ ਬਹੁਤ ਲੋਕ ਹੋ ਗਏ, ਅਤੇ ਮੈਂ ਕੀ ਕਰ ਸਕਦੀ ਹਾਂ, ਲਾਉਣੇ ਪੈਂਦੇ ਆ। ਤੁਹਾਡੀ ਫਰਮਾਇਸ਼, ਨਿੱਕੀ ਨਿੱਕੀ ਫਰਮਾਇਸ਼ਾਂ ਜਿਹੜੀਆਂ ਉਹ ਬੰਦੇ ਦੀਆਂ ਨਾ, ਬੱਚਿਆਂ ਦੀਆਂ ਵੀ ਅਤੇ ਆਪਣੇ ਫੈਨਸ ਦੀਆਂ ਵੀ, ਪੂਰੀਆਂ ਕਰਦੇ ਰਹਿਣਾ ਚਾਹੀਦਾ। ਲੇਕਿਨ ਜਿਹੜੀਆਂ ਵੱਡੀਆਂ ਅਤੇ ਨਜਾਇਜ਼ ਫਰਮਾਇਸ਼ਾਂ ਹੁੰਦੀਆਂ, ਉਹ ਨਾ ਬੱਚੇ ਦੀਆਂ ਪੂਰੀਆਂ ਕਰੀਦੀਆਂ ਅਤੇ ਨਾ ਹੀ ਆਪਣੇ ਵਿਊਅਰਸ ਦੀਆਂ ਪੂਰੀਆਂ ਕਰੀਦੀਆਂ। ਲੇਕਿਨ ਖੈਰ, ਤੁਸੀਂ ਕਦੀ ਕੋਈ ਗਲਤ ਗੱਲ ਕੀਤੀ ਵੀ ਨਹੀਂ, ਜਾਂ ਦੁਪੱਟੇ ਦੀ ਫਰਮਾਇਸ਼ ਕਰਦੇ ਹੋ ਅਤੇ ਜਾਂ ਐਨਕ ਦੀ, ਤਾਂ ਦੈਟਸ ਗੁੱਡ, ਆਈ ਲਵ ਇਟ, ਅਤੇ ਬਹੁਤ ਵਧੀਆ ਗੱਲ ਆ, ਮੈਨੂੰ ਬਹੁਤ ਵਧੀਆ ਲੱਗਦਾ। ਇਸ ਕਰਕੇ ਮੈਂ ਫਟਾਫਟ ਮੰਨ ਵੀ ਲੈਂਦੀ ਹਾਂ ਤੁਹਾਡੀਆਂ ਗੱਲਾਂ ਕਿ ਤੁਸੀਂ ਸਾਰੇ ਬਹੁਤ ਵਧੀਆ, ਮੈਨੂੰ ਤੁਹਾਡੀ ਗੱਲ ਮੰਨਣ 'ਚ ਮਜ਼ਾ ਆਉਂਦਾ, ਚੰਗਾ ਲੱਗਦਾ। ਅੱਛੀਆਂ ਅੱਛੀਆਂ ਫਰਮਾਇਸ਼ਾਂ ਕਰਦੇ ਹੋ, ਦੁਪੱਟਾ ਲੈ ਲਓ, ਕਦੀ ਨਮਾਜ਼ ਪੜ੍ਹ ਲਿਆ ਕਰੋ, ਐਨਕ ਲਾ ਕੇ ਦਿਖਾ ਦਿਓ, ਹਾਂ ਵਾਲ ਜਿਹੜੇ ਆ ਥੋੜੇ ਪਿੱਛੇ ਕਰ ਲਓ, ਅੱਗੇ ਸਾਰੇ ਵਾਲ ਇੱਧਰ ਕਰ ਲਓ ਅਤੇ ਉੱਧਰ ਕਰ ਲਓ, ਇੱਦਾਂ ਦੀਆਂ ਗੱਲਾਂ, ਇਟਸ ਓਕੇ। ਅਤੇ ਖੈਰ ਜਨਾਬ, ਬਰਡੇ ਵਾਲੇ ਨੂੰ ਵਿਸ਼ ਕਰ ਦਿੱਤਾ, ਅਤੇ ਜਸ ਤੇਰੀ ਜੇ ਕੱਲ੍ਹ ਬਰਡੇ ਸੀ ਬਈ, ਤੂੰ ਕੱਲ੍ਹ ਦੱਸਣਾ ਸੀ, ਠੀਕ ਆ, ਅੱਜ ਜੇ ਤੂੰ ਦੱਸਣਾ ਪਿਆ ਤਾਂ ਹੁਣ ਕੁਛ ਨਹੀਂ ਹੋ ਸਕਦਾ, ਹੁਣ ਤਾਂ ਤੈਨੂੰ ਮੈਂ ਵਿਸ਼ ਵੀ ਨਹੀਂ ਕਰ ਸਕਦੀ, ਤੇਰੀ ਵਿਸ਼ ਦਾ ਟਾਈਮ ਨਿਕਲ ਗਿਆ, ਹੈ ਨਾ। ਚਲੋ ਬਹੁਤ ਹੋ ਗਿਆ, ਹੁਣ ਇਸ ਤੋਂ ਪਹਿਲੇ ਕਿ ਲਾਮੇ ਆਉਣੇ ਸ਼ੁਰੂ ਹੋ ਜਾਣ, ਮੈਂ ਮੈਸੇਜ ਪੜ੍ਹ ਲਾ ਤੁਹਾਡੇ ਸਾਰਿਆਂ ਦੇ। ਇੱਧਰ ਵਾਲੀ ਸਾਈਡ ਵਾਲੇ ਵਾਲ ਜਿਹੜੇ ਆ ਨਾ, ਬਹੁਤ ਤੰਗ ਕਰਦੇ ਆ, ਸਹੀ ਨਹੀਂ ਹੁੰਦੇ। ਸਵੇਰ ਦੇ ਤਾਂ ਸਟਾਈਲ ਬਣਾਇਆ ਹੁੰਦਾ, ਜੇ ਸਵੇਰੇ ਸਵੇਰੇ ਮੈਂ ਆਵਾਂ ਨਾ, ਹਾਂ ਜਦੋਂ ਮੈਂ ਸਵੇਰੇ ਤਿਆਰ ਹੁੰਦੀ ਹਾਂ 9 ਵਜੇ, ਜੇ ਮੈਂ 9 ਵਜੇ ਲਾਈਵ ਆਵਾਂ, ਉਸ ਵੇਲੇ ਤੁਸੀਂ ਫਰੈਸ਼ ਨੈਣਾ ਸੁਨੈਣਾ ਵੇਖ ਸਕਦੇ ਹੋ। 9 ਤੋਂ ਲੈ ਕੇ ਆਹ ਹੁਣ ਕੀ 7 ਵਜੇ ਆ, ਮਤਲਬ 10 ਘੰਟੇ ਪੁਰਾਣੀ ਨੈਣਾ ਸੁਨੈਣਾ ਤੁਸੀਂ ਵੇਖਦੇ ਪਏ ਹੋ। ਹੁਣ ਦੇਖ ਲਵੋ ਕਿ ਉਹ ਫਰੈਸ਼ਨੈਸ ਖਤਮ ਹੋ ਜਾਂਦੀ ਆ, ਵਾਲਾਂ ਦਾ ਸਟਾਈਲ ਖਤਮ ਹੋ ਜਾਂਦਾ, ਸਾਰਾ ਕੁਛ ਮਤਲਬ ਬੁਸ ਜਾਂਦਾ, ਹਾਂ। ਅਤੇ ਜੇ ਮੈਨੂੰ ਸਵੇਰੇ ਤੁਸੀਂ ਵੇਖ ਲਓ, ਫਿਰ ਤਾਂ ਮਾਸ਼ਾਅੱਲਾ ਦੇ ਮੇਰੇ ਖਿਆਲ ਆ, ਹਾਂ ਜਹਾਜ਼ ਕਰਾਉਣੇ ਪੈਣੇ ਤੁਹਾਨੂੰ। ਅਬਾਸ ਕਹਿੰਦੇ ਨੇ ਹਾਈ ਹਾਰ ਯੂ ਫਰੈਂਡ, ਮੈਂ ਬਿਲਕੁਲ ਵਧੀਆ। ਸਗੋਰ ਕਹਿੰਦੇ ਨੇ ਵੈਰੀ ਨਾਈਸ, ਥੈਂਕ ਯੂ ਜੀ। ਅਤੇ ਹਸਰਤ ਅਲੀ ਕਹਿੰਦੇ ਨੇ ਜੀ ਕਾਲ ਮੀ, ਹੈਲੋ, ਇਹ ਤੁਹਾਡੀ ਹਸਰਤ ਹੀ ਰਹਿਣੀ ਹਸਰਤ ਅਲੀ ਸਾਹਿਬ, ਕਾਲ ਮੀ ਵਾਲੀ। ਚੌਧਰੀ ਸਾਕਬ ਕਹਿੰਦੇ ਉਹਨੂੰ ਕੈਸੇ, ਉਹ ਸਾਕਬ ਮਠਿਆਲ ਕਿੱਥੋਂ ਆਇਆ ਤੂੰ, ਗੁਆਚ ਗਿਆ ਸੀ, ਕੀ ਹੋਇਆ ਤੈਨੂੰ, ਅਰਬੀ ਤਾਂ ਨਹੀਂ ਫੜ ਕੇ ਲੈ ਗਏ ਸੀ, ਕੀ ਹੋਇਆ ਹੈ, ਮਸਲਾ ਕੀ ਹੋਇਆ ਤੇਰਾ। ਅਤੇ ਇਹ ਕੌਣ ਨੇ ਜੀ, ਸਗੂਰ ਕਹਿੰਦੇ ਨੇ ਜੀ ਸੋ ਬਿਊਟੀਫੁਲ ਸਮਾਈਲ। ਅਲੀ ਉਸਮਾਨ ਕਹਿੰਦੇ ਨੇ ਹੈਲੋ, ਜਵੇਦ ਕਹਿੰਦੇ ਨੇ ਹੈਲੋ, ਅਤੇ ਜਸ ਜੇ ਕਹਿੰਦੇ ਨੇ ਥੈਂਕ ਯੂ ਸੋ ਮਚ, ਗੋਡ ਬਲੈਸ ਯੂ ਨੈਨਾ, ਗੋਡ ਬਲੈਸ ਯੂ ਟੂ। ਅੱਲਾਹ ਤਾਲਾ ਸਾਰਿਆਂ ਦੀ ਨਿਗਹਿਬਾਨੀ ਕਰੇ, ਅਤੇ ਅੱਲਾਹ ਤਾਲਾ ਸਾਰਿਆਂ ਨੂੰ ਉਹਨਾਂ ਦੀ ਬਰਥਡੇ ਜਿਹੜੀ ਆ ਦੇਖਣ ਦੀ ਨਸੀਬ ਫਰਮਾਵੇ ਬਾਰ ਬਾਰ ਹਰ ਸਾਲ, ਲੇਕਿਨ ਖੁਸ਼ੀ ਅਤੇ ਸਿਹਤ ਦੇ ਨਾਲ। ਆਹ ਦੇਖਣਾ, ਆਹ ਜਿਹੜੇ ਵਾਲ ਆ ਨਾ, ਬਹੁਤ ਮੈਨੂੰ ਇਰੀਟੇਟ ਕਰਦੇ ਆ, ਅਲੈਦਾ ਹੀ ਨਿਕਲ ਆਉਣਗੇ। ਅੱਛਾ ਲਓ ਜੀ, ਸਗੂਰ ਕੁਛ ਕਹਿ ਰਹੇ ਨੇ, ਅਬਦੁਲ ਗਫਾਰ ਕਹਿੰਦੇ ਨੇ ਜੀ ਆਹ ਪਤਾ ਨਹੀਂ ਕੀ, ਅਤੇ ਚੌਧਰੀ ਸਾਕਬ ਕਹਿੰਦੇ ਨੇ ਪਤਾ ਨਹੀਂ ਕੁਛ, ਸਾਰੇ ਕੁਛ ਨਾ ਕੁਛ ਕਹਿਣ ਡੇ ਨੇ। ਕੋਈ ਵਿਆਹ ਦਾ ਗਾਣਾ ਸੁਣਾ ਦਿਓ, ਹੈਂ ਵਿਆਹ ਦਾ ਕਿਉਂ, ਕਮਲਾ ਕਮਲਾ ਜਾਂਦੀ ਹੈ, ਹਾਂ ਕਮਲਾ ਜਾਂਦੀ ਆ, ਅਤੇ ਕੋਈ ਕੀ ਪਹੁੰਚਾ ਦਿਆਂ, ਬਿਨਿਸ਼ ਮੈਡਮ, ਉਹ ਬਿਨਿਸ਼ ਮੈਡਮ ਕਿੱਥੇ ਆ ਗਈ, ਬਿਨਿਸ਼ ਮੈਡਮ, ਮੁਹੰਮਦ ਅਜ਼ਹਰ ਹੁਸੈਨ, ਮੈਂ ਪਹੁੰਚਾ ਦੂੰ ਬੈਲੈਂਸ ਮੈਡਮ। ਅੱਛਾ ਮੈਂ ਕਿਹਾ ਬਿਨਿਸ਼ ਕਿੱਥੋਂ ਆ ਗਈ, ਅੱਛਾ ਨਹੀਂ 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 ਬੈਲੈਂਸ ਚਾਹੀਦਾ ਹੀ ਨਹੀਂ, ਕਿਉਂਕਿ ਮੈਂ ਕਿਸੇ ਨੂੰ ਕਾਲ ਹੀ ਨਹੀਂ ਕਰਨੀ ਹੁੰਦੀ, ਤਾਂ ਬੈਲੈਂਸ ਕੀ ਕਰਨਾ ਹੈ ਜੀ, ਬੈਲੈਂਸ ਤਾਂ ਚਾਹੀਦਾ ਨਾ। ਬਲੈਕ ਚਸ਼ਮਾ ਪਹਿਨੋ, ਅੱਛਾ ਮੈਂ ਆਪਕੇ ਬਾਲੋ ਕਾ ਸ਼ਿਦਾਈ ਹੂੰ। ਅੱਛਾ ਜੀ ਅਬਦੁਲ ਗਫਾਰ ਸਾਹਿਬ, ਨੈਨਾ ਜੀ ਆਪਕੀ ਯਾਦ ਮੈਂ ਮਰ ਰਹਾ ਹੂੰ, ਚੌਧਰੀ ਸਾਹਿਬ ਮਰਨਾ ਨਾ ਤੁਹਾਡੀ ਮਿਹਰਬਾਨੀ ਆ, ਆਹੋ। ਅਤੇ ਮਨਾਨ ਮੈਰੀ ਕਹਿੰਦੇ ਨੇ ਨੈਨਾ ਜੀ ਤੁਸੀਂ ਬਿਲਕੁਲ ਮੇਰੀ ਵੋਟੀ ਫੌਜੀਆ ਵਾਂਗੂ, ਤੇਰੀ ਫੌਜੀਆ ਦੀ ਐਸੀ ਤੈਸੀ, ਤੈਨੂੰ ਹੋਰ ਕੋਈ ਆ, ਪਹਿਲੇ ਬਾਲ ਸਵਾਲ ਲਓ ਫਿਰ ਬਾਤ ਕਰ ਲੈਣਾ। ਚੌਧਰੀ ਸਾਕਬ ਮਟਿਆਲ, ਸਾਕਬ ਮਟਿਆਲ ਤੈਨੂੰ ਕਿਹੜੀ ਟੈਨਸ਼ਨ ਹੈ, ਮੈਂ ਨਾਲ ਨਾਲ ਵਾਲ ਸਵਾਰਾਂ, ਨਾਲ ਨਾਲ ਮੈਂ ਗੱਲ ਕਰਾਂ, ਨਾਲ ਨਾਲ ਮੈਂ ਭਾਵੇਂ ਗਾਣਾ ਗਾਵਾਂ, ਭਾਵੇਂ ਮੈਂ ਖਾਣਾ ਖਾਵਾਂ, ਇਹਦੇ 'ਚ ਟੈਨਸ਼ਨ ਵਾਲੀ ਅਲਗ, ਹੁਣ ਮੈਂ ਦੇਖਣਾ ਇਹ ਵਾਲ ਖਰਾਬ ਨੇ, ਹਾਂ ਮੈਂ ਨਾਲ ਨਾਲ ਹੀ ਸਾਰਾ ਕੁਛ ਕਰਨਾ, ਇਹ ਪਹਿਲੇ ਹੀ ਕੱਲੂ ਪਹਿਲੇ ਤੇਰੇ ਕਹਿਣ 'ਤੇ ਮੈਂ ਕਰਨਾ, ਤੇਰੇ ਕਹਿਣ 'ਤੇ ਕਰਨਾ। ਇਟਸ ਮਾਈ ਲਾਈਫ, ਇਹ ਮੇਰੀ ਜ਼ਿੰਦਗੀ ਹੈ,
मैं चाहे ये करूं, मैं चाहे वो करूं, मेरी मर्जी। आ गाना सुनिया सी जदों आया सी, मैनूं बहुत वधिया लग्या सी, किसे नूं लगे ना लगे, क्योंकि बिल्कुल ठीक सी। दीपजोत कहिंदे ने इक पंजाबी लवर टीवी नाम दा वी चैनल होंदा सी। हाय अल्लाह, दीपजोत बिल्कुल ठीक कह रहे हो। पंजाबी लवर तो याद आया, ओ थी यार, हाँ देखो ना वो यूट्यूब ते भी चलता। अच्छा ऐदा करो, हुण सारे यूट्यूब ते आ जाओ। की टाइम हो यार, टाइम देखण दे, 7:15 हो यार, की ख्याल है, यूट्यूब ते आ जाओ। ते यूट्यूब ते किदा आना, गूगल ते जाके पंजाबी लवर टीवी लिखना है, पंजाबी लवर टीवी, ठीक है। मेरा चैनल सामने, तुहानू पता गूगल ते मेरा चैनल पहले नंबर ते जा रहा है। कभी भी तुसीं पंजाबी लवर लिखो, सब तो उत्ते मेरा चैनल आएगा। क्यों जी, रेशो दी गल आ। हाँ गूगल नू पता, हर वेले कुड़ी ऑनलाइन रहिंदी। हाँ सब तो बहुता दुनिया च, दुनिया च, बिकॉज गूगल दुनिया ते चलदा, किसे एक कंट्री ते थोड़े चलदा, सब तो बहुता दुनिया ते मेरा चैनल वेख्या जांदा हर जगह ते। लोकी मेरे फ्रेंड्स जेड़े आ अमेरिका भी रहिंदे आ, लंदन भी रहिंदे आ, पाकिस्तान ते रहिंदे रहिंदे, इंडिया च भी हुण बहुत ज्यादा हो गए, दुबई ते सऊदिया ते जेड़ी हैगियां इधर वाली सिटी, इन्हां च ते है ही है। हर जगह ते लोकी प्रोग्राम ला के बैठे होंगे, कोई ना कोई लाई रखता, मतलब सारे दिन च लगा ही होंगे। ते गूगल नूं पता चल गया, लै भी कुड़ी दी डिमांड बहुत आ। इस करके यह सारा सिलसिला चलता पाया। खैर जनाब, अलहमदुल्ला, आप दुबई में, अब्दुल गफार कहते हैं, होर मैं कितने हाँ। तो हूँ मैं जाके तो उत्थे बुरज खलीफा के थले बह के जो प्रोग्राम करा, फिर तुम यकीन आना मैं दुबई चा। लोकेशन नहीं आती तेरे को, आई एम फ्रॉम अफ्रीका। वो तेरी खैर है, वेखो अफ्रीका च भी बंदे बह के नैना सुनैना वेख दे। तो मुहम्मद आसिफ, तेरा काम है अफ्रीका च भी तू नैना सुनैना की पब्लिसिटी फुल कर देनी है। गूगल रोज फ्रीका च भी चला देना, तेरे को लैपटॉप हैगा तो मैंने दस, लैपटॉप ते तू मेरा प्रोग्राम ला के उन्होंने म्यूट करके उन्होंने मिनिमाइज करके छड़ देना, सारा दिन चलन दे मेरा प्रोग्राम। आए हाय हाय, बहुत मजा आऊ। फिर सारा दिन प्रोग्राम चलाएंगा, फिर मैंने दसी जरूर, ठीक है। तू दसना जरूर आज किन्ने घंटे चलाए, किन्ने प्रोग्राम लगे मेरे, ठीक है, दसना जरूर है। जेड़ा ऑल लिखा होंगे ना, ऑल वीडियोज ते क्लिक करया करो, क्योंकि एक वीडियो ते क्लिक कर दो वो चुप कर जाती है, फिर बंद हो जाती है। यार मेरे वालों की मैंने समझ नहीं आती। हाँ मेरा ख्याल है कल तो मैं ना स्ट्रेटनर नाल लैके आया करना, तो फिर जो इतों ऑफिस तो छुट्टी करनी, अद्धा घंटा ला के मैं अपने आप को फ्रैश करना, फ्रैश करने तो बाद फिर मैं प्रोग्राम करया करेंगी। हूँ तुम इदा करो, सारे यूट्यूब पर आ जाओ, ठीक है, यूट्यूब पर फिर गाने गाने हैं। अच्छा तलहा गुजर कहते हैं बड़ी तेज़ हुआ, अलहमदुल्ला तेज़ हाँ, तो किन्नी क तेज़ हाँ, किन्नी क तेज़ हाँ, मैं की किया, मैं तेरी अम्मी की कमेटी खा गई हूँ, किन्नी तेज़ हाँ, मैं तेरा रिश्ता तुड़ाया, की किया की है, मैं बड़ी तेज हाँ, मैं कि बुर्ज खलीफा का सौदा मार लिया, की है। अजीब गल है। इम्तियाज कहते हैं ओए होए शहजादी, ऐसी शहजादी। अब्दुल गफार कहते हैं तुम जट हो, ओए होए अल्लाह माफ करे, हाँ जे मैं 2-4 हफ्ते ना नहाती तो मैं जट जरूर बन जाऊंगी, मैं बट हाँ अलहमदुल्ला, तो मैं रोज नहानी हाँ। कहने नैना जी मेरी वोटी, हाँ की होया, तेरी वोटी की गल सुन ला, तो मेरी वोटी के बारे च कोई गलत गल नहीं करनी, मैं बहुत प्यार करदा। अच्छा मनान मेरी जान, मेरी गल सुन, कि भी तू प्यार करना, तू करना वोटी की दिया, तेरी आ, प्यार कौन करदा, तू करना, ते मैनू कल कहना पिया, फिर बिच मैनू कदी कहना मेरा मुंह ओहदे नाल मिलदा है, ए बाल जड़े है ना कसम मैं आ भी कटा दे। इन्हां च मैनू बहुता तंग किया। हाँ नज़र कहने मैडम साहब का गाना उत्थे सुनांगे, यूट्यूब ते आ जाओ, यूट्यूब ते ए बंद करन लग्या, यूट्यूब ते चलें। कंट्रोल होयर फेस, सौगर खोस कहते हैं, सलीम खोसो अबलोच कहते हैं, जियो जियो न्यूज आज तो बड़ा गुस्सा, मलिक अजहर नहीं नहीं गुस्सा कादा, अफजल रहमान कहते हैं हॉर जू बतिया, जावेद चौधरी कहते हैं जी अल्लाह अल्लाह, ये रंगीनी है नौबहार, अल्लाह 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 अल्लाह। मिर्जा रिजवान कहते हैं जट बट च की फर्क है, देखो बट रोज ना आंदा, तो जट को महीने च एक अद्धी वारी, हाँ एवं बाय चांस ना आ लैंदा। यही फर्क है बट तो जट च, वरना दोनों की खाण खाणा खूणा वल हुंदा, चंगा भला खाते हैं जी, तो गलबात भी चंगी भली, लेकिन आ सिर्फ सफाई सुथराई का फर्क है, होर तो कोई खास नहीं। हाँ एक होर थोड़ा जहा फर्क है, हाँ बट जो दूरों वेखे पछाणा जाता भी बट है, वाह क्या सोहना सोहना सुनखा है, तो जट नूं दूरों वेखो तो पता चलता लै भी होर कोई ना हो, जट ही आना। जेड़े बिच जट है उन्हें जो गुस्सा किया तो गलत गल, तुसी मैनू फर्क पूछा सी मैं दस दिता। शिंदा कहते हैं जी बड़ा गोल्ड पाया।
हाँ, और रानी हार में लिता सी लिबर्टी जो लिता सी 350 दा, पूरा गोल्ड रहा। मलिक असर कहते ने आज तो बड़ा गुस्सा, कितने गुस्सा। मोहम्मद कहते ने ए इसको बंद मत करना। नहीं नहीं इनू बंद करांगी, हाँ इनू बंद करांगी तो यूट्यूब ते जावांगी ना। हाँ वो, पर मैं यूट्यूब ते किदा जाना। हाय 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 हाय, बंदा गोल्ड होना चाहिदा। अच्छा। शाहीन कहते ने जट ते बट, आहो ओ एक फिल्म आई सी बट ते पट्टी। ते दूसरी केड़ी आई सी, बट ते जट, बट ते जट कोई आई सी? मेरा नहीं ख्याल बट ते जट आई सी। मलिक अवतार कहते ने चलो जी गप शप। चौधरी शहजाद कहते ने जी की हाल। अच्छा मेरी गल सुनो, तुसी सारे यूट्यूब ते जाके, हाँ यूट्यूब ते रात नू मेरा प्रोग्राम किन्ने बजे करांगी मैं? अज ते मुश्किल लगदा, अज नहीं हो सकदा। आज लेट हो जाना, कल कल करांगे, कल मैनू पता होएगा ओदा एक्चुअली की है। हाँ कोई इंटरनल प्रॉब्लम है। हाय ओ मेरे रब्बा, एनू मैं सबर कर लो फटाफट। हेलो इधर ही कर ले। हाँ दफाओ, एनू मैं इत्थे टिका लेना। हाँ चलो इत्थे टिक लो, एने फिर भी ना टिके कसम मैं पोनी कर लेनी। सॉन्ग तो सुना दियो। हाँ केड़ा सॉन्ग सुनावा छेती दसो। केड़ा रहिए हर वेले तेरिया ख्यालां विच खोए, तेनू पाके सानू लगे असी पागां वाले होए, साडा तेरे नाल जहान तू ही जीन दा सहारा। हाय साह कढ लिया सारा। तू ते साहा तो भी नेड़े, तू ते जान तो भी प्यारा, तू ते साहा तो भी नेड़े, तू ते जान तो भी प्यारा, किन्ना कर दे हाँ प्यार जे तू पुछ ना ए यारा, तू ते साहा तो भी नेड़े, तू ते जान तो भी प्यारा, रहिए हर वेले तेरे। आते हो गया ना, मैं तेन दसिया सी। अच्छा होर, तेनू दिल दे पलंग विच रखे लखो के। जो मर्जी दिल करता ना बंदे नू गा देना चाहिए। हाँ टेंशन नहीं लेनी चाहिए। गिल जी कहते ने आपको तो कोई काम ही नहीं है। हाँ तेनू बहुत काम है, जा जाके और रावी च पानी जरा बहुता आ गया, उत्थे जो दो चार मझा नवा के लिया। काम लग जाके। राजा इस्माइल कहते ने हाय, ते अरबाब कहते ने वाह ब्यूटीफुल डियर। हुसैन अली हुसैन हसनैन अली हुसनैन कहते ने जी वेरी नाइस। शेख कहते ने वेरी नाइस वॉइस। राजा इस्माइल कहते ने नाइस यार। ते सुरजीत कहते ने बी 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 बेबो। अरबाब कहते ने माशाल्लाह जी, थैंक यू वेरी मच। ते शाहीन बनो आ गए ने, शाहीन बानो आई मिस यू। हो। जाना सोनिया दे बूहे पवे सट्टे विच खुए। दे दीप जोत आ गए ने, कहंदे ने मैं ते यूट्यूब ते जाके भी मुड़ आया। तू ते मेरे नाल भी काला हो, कहंदे ने चोर नालों पांड काली। लेकिन मैं यूट्यूब ते ऑनलाइन हो नहीं सकदी इथों। हाँ ते अच्छा, शानी बट्टी, शानी बट्टी की होया? शानी बट्टी नु की होया? शानी बट्टी नु जो भी होया खैर असी तेन ब्लॉक कर दिता। हाँ रिजवान अहमद कहते हैं हाय। फाना कहते हैं जी हाँ जी, फाना गुजर बड़ी देर बाद, ते इतने मत हंसा कर तुझे खतरनाक, पता नहीं की नैना जी क्या बात है आपकी। मलिक अजहर थैंक यू। अरबाब अली कहते हैं जी आतिफ का कोई सॉन्ग सुना दो यार। आतिफ का वो जरा सॉन्ग आया हुआ आजकल आजकल। हाँ मैं रोज सुननी हाँ लेकिन बाद च मैं भूल जानी हाँ, इस वेले मैंने भूल जाता। इब्रार असलम तारर आ गए ने, कहते ने मेरा कमेंट रीड नहीं किया नैना जी। हाय नैना जी कोई गल ना करे, बस तुहाडे कमेंट पढ़ी जाए, कमेंट पढ़ी जाए। एक मिनट वास्ते तुहाडा एक मैसेज निकल जाता मेरे हथों, नाल ही लामे आने शुरू। गिल जी कहते ने लगता है सब वेले हैं, ओ तेरी खैर हो जाए। तू किड्डा मसरूफ बंदा है कि सारियां नू तू नोटिस कर रहे हैं, सारियां बारे कमेंट दे रहे हैं, तू किड्डा मसरूफ है।
चल राम कर जाके। जहांगीर कह देने, मैंने तुम्हारा कितना इंतजार किया, कितने मैं कितना टाइम दिता किसी नूं कितने इंतजार किया मेरा। शिंदा कह देने, अच्छा जी गुड नाइट। शिंदा ब्लू बोली जाते हो, फिर बोली जाते हो अच्छा शिंदा की होया तेनू की होया, कितने गुड नाइट। अफरा कौन है, अफारा, अफारा गुजर कहते ने, बताओ ना नाइस टूडे है बूटा जी, नाइस टूडे। ते मियाँ कहते ने ओके जी। फयाज प्रिंस करते हुए, अच्छा लाइक का बटन तुसी क्यों नहीं नपते, आ गल मैंने समझ नहीं आती, लाइक का बटन नपो। राणा कहते ने जी नाइस नेकलेस थैंक यू। रमजान कहते ने जी हाय यूएई। मुगल कहते ने जी कैसे फील करते हैं लाइव आके। दीप जो कहते ने दुबई विच मच्छर भी होएगा कि नहीं, नहीं मच्छर नहीं गा। साजिद अली कहते ने वेरी नाइस। मोहम्मद कहते ने हैलो। नमान कहते ने कैसी हैं आप। यासिर कहते ने कभी हंस भी लिया करो, ले मेरे तो हंसने के अलावा कोई काम ही नहीं। नमान कहते ने जी रिप्लाई। तलहा कहते ने हंसते पे ने, छोटी सी उम्र में ही दिल लगा बैठे थे, हमें क्या पता था, पता नहीं उम्र हयात, उम्र हयात की हो तेने, छोटी जी उम्र, छोटी सी उम्र में लग गया रोग, कहते हैं लोग मैं मर जाऊंगी, मैं मर जाऊंगी। अच्छा नुमान अफजल कहते हैं जी रिप्लाई मी। तो मलिक कहते हैं हेलो। वसीम कहते हैं अस्सलाम वालेकुम मैडम। वालेकुम अस्सलाम। अल्लाह मुझे दर्द के काबिल बना, ये सॉन्ग। हाँ तूफान को कश्ती का साहिल बना दिया, पता नहीं अद्दा करके कोई गाना, पर मैंने चंगा नहीं लगा, आंदा भी नहीं। आमिर खान कहते हैं ओके गुड नाइट। ओके आमिर खान गुड नाइट। कौन है, अफरारा कहते हैं जी बाय 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 बाय। फाना कहते हैं जी सही कहा। चन कहते हैं हेलो। नमान कहते हैं हाय। शिंदा कहते हैं हूँ पेज लानो पे ओ, लाने पे ओ तो मैनू मेरी जान दी याद आ रही है पेज ते लाना की पै गया तानू। राणा कहते ने एने थोड़ी सी ऊपर कर ले, ज्यादा अच्छी लगेगी, उत्ते कर लांगी तो मेरी सिर च पीड़ शुरू हो जाती है, इतने ठीक है। अच्छा दुबई में हो, ऑफकोर्स दुबई चा। ते ए कौन है, मलिक कहते ने मलिक मेहरबान फ्रूट भेज छड़िया, मलिक मेहरबान फ्रूट क्यों कर लिया। ते मलिक के अरफान कहते ने जी काम से छुट्टी हो गई है, हाँ काम तो छुट्टी हो गई है, तो ऑफिस ही बैठी हैं। मैं क्या सी कल कि ऑफिस ही प्रोग्राम कर लिया करेंगे, ऑफिस ही बैठ के, क्योंकि इतों वापस ही जान लग्या 3 घंटे लग जाते, इस करके मैं नहीं चाहती कि इन्ने घंटे लग जाए, इन्ना टाइम ज़ाया हो जाता। तो हूँ कल तो मैं सरबंद करांगी कि जोड़ा यूट्यूब वाला प्रोग्राम है वह भी मैं इत करके जाया करा। दीदी आप कहाँ से हो, मैं दुबई तो हाँ। अच्छा ते मोहम्मद कहते ने जी दीदी, मोहम्मद साहब तुसी कितों गल कर रहे हो। मलिक हेलो। राणा हाँ हूं लग रहे हो खूबसूरत लड़की अच्छा चिंदा कहते ने पग पग शराब पीनी पी रही आ, है एक ही शिंदा, शिंदा है कि लिखा है पानी पी रही आ। हाँ पानी तो मैं कितों तो पी लिया। गुरप्रीत कहते ने की हाल है, गुरप्रीत किन्ने दिन बाद आया, तू दस कितने सी, की हाल है तेरा। पानी पा दिए दे, मुक गया। असगर आसफ अयूब भाई वकार सलाम जनाब को, वालेकुम सलाम जनाब को, थैंक यू। की हो रहा है, अच्छा जी मलिक मेहरबान, इन्ने मेहरबान ना हो सारे फ्रूट इधर ही कर देते आपकी खाना। मलिक कहते ने जी मलिक अरफात हूँ जी ओके। जहांगीर कहते ने जी टाइम की बात नहीं कर रहा, मैं लाइफ की बात कर रहा हूं, मतलब मेरी गल कर रहा है, लाइव आंदी कि मैं वेली हाँ, ओ तेरी खैर हो जाए, तेनू पता कि मैं किन्नी बिजी हाँ कि मैं अपने जाती चैनल नू टाइम नहीं दे सक रही अजकल, इन्नी ज्यादा। इंडिया कश्मीर से मोहम्मद खलास, इंडिया कश्मीर वाले हो किदा हो तुसी, ताड़ी कदी कदी खैर खबर आती है कश्मीर वाले। की हो रहा है, अकरम कहते हैं हेलो। अकरम खान एम आसिफ की हाल चाल है, हाल चाल बिल्कुल ठीक। नादिया खान आ गए ने, नादिया खान किदा हो जी, एक किदी फोटो लाई हुई नादिया खान। अव्वल खान कहते हैं 100%। गुरप्रीत कहते हैं मैं तो ठीक हाँ, तुसी दसो मैं भी ठीक हाँ। शिंदा कहते हैं पता कि साड़ी इंडिया की पंजाबी च फर्क आ जी। अच्छा राणा कहते हैं नाइस चुमके थैंक यू। ते भुआ 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 कह रहे ने आए, भुआ भुआ की होया ते बहुत वधिया। बस यादें वकार खान। बस यादें 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 रह जाती हैं, कुछ छोटी छोटी बातें रह जाती हैं, बस यादें
ਤਲਹਾ ਬਬਲੂ ਯਾਰ ਟੁਡੇ ਕੀ ਹਾਲ ਨੇ, ਤੁਹਾਡੇ ਕੀ ਹਾਲ ਨੇ? ਮੁਹੰਮਦ ਅਸਲਮ, ਮੈਂ ਬਿਲਕੁਲ ਵਧੀਆ। ਅਕਰਮ ਕਹਿੰਦੇ ਨੇ ਸਲਾਮ ਵਾਲੇਕੁਮ ਸਲਾਮ, ਤੇ ਆਸਫ ਅਯੂਬ ਕਹਿੰਦੇ ਨੇ ਜੀ ਕਿਹਦੇ ਨਾਲ ਆਰਾਮ ਨਾਲ ਗੱਲ ਕਰੋ ਜੀ। ਆਰਾਮ ਨਾਲ ਗੱਲ ਨਹੀਂ ਕਰ ਸਕਦੇ, ਘਰ ਜਾ ਕੇ ਲਾਈਫ ਹੋਵੋਗੇ। ਹਾਂ ਮੇਰੀ ਕੋਸ਼ਿਸ਼ ਹੋਵੇਗੀ। ਮਾਸੀ ਲੁੱਕ ਬਿਊਟੀਫੁਲ, ਥੈਂਕ ਯੂ ਰਿਜ਼ਵਾਨ। ਰਿਜ਼ਵਾਨ ਨੂੰ ਮੈਨੂੰ ਮਾਸੀ ਕਹਿ ਕੇ ਬਹੁਤ ਸਕੂਨ ਲੱਭਦਾ। ਮੇਰਾ ਖਿਆਲ ਹੈ ਨਿੱਕੇ ਹੁੰਦੇ ਇਹਦੀ ਮਾਸੀ ਜਾਂ ਹੈ ਹੀ ਨਹੀਂ ਸੀ ਜਾਂ ਨਿਕਲ ਗਈ ਸੀ, ਮਤਲਬ ਅੱਲਾ ਕੋਲ। ਤੇ ਮੁਹੰਮਦ ਕਹਿੰਦੇ ਨੇ ਅੱਲਾ ਦਾ ਕਰਮ ਹੈ ਜੀ ਸਾਡੇ ਤੇ, ਤੁਸੀਂ ਸੁਣਾਓ? ਮੈਂ ਬਿਲਕੁਲ ਵਧੀਆ। ਸਈਦਾ ਕਹਿੰਦੇ ਨੇ ਜੀ ਨਾਇਜ਼ ਆਪੀ, ਥੈਂਕ ਯੂ। ਮੰਨਾਨ ਕਹਿੰਦੇ ਨੇ ਜੀ ਅੱਛੇ ਹੋ ਜੀ। ਗੁਰਪ੍ਰੀਤ ਕਹਿੰਦੇ ਨੇ ਨਾਇਜ਼ ਅਪ, ਗੁਰਪ੍ਰੀਤ ਸਿੰਧ ਸਾਹਿਬ। ਆਮਿਰ ਕਹਿੰਦੇ ਨੇ ਸੋ ਬਿਊਟੀਫੁਲ। ਤੇ ਸਫਤਰ ਕਹਿੰਦੇ ਨੇ ਹਾਏ। ਸਜਾਦ ਕਹਿੰਦੇ ਨੇ ਜੀ ਅੱਜ ਤਾਂ ਕਮਾਲ ਹੀ ਕੁੜੀ ਲੱਗਦੀ ਪਈ ਹੈ। ਤੇ ਪ੍ਰਿੰਸ ਕਹਿੰਦੇ ਨੇ ਜੀ ਕੀ ਹਾਲ ਚਾਲ ਹੈ ਤੁਹਾਡਾ, ਵਧੀਆ ਪੰਜਾਬੀ, ਹਾ ਹਾ ਹਾ। ਅੱਛਾ ਕੁਝ ਲੋਕ ਹੁੰਦੇ ਨਾ ਜਿਹੜੇ ਪੰਜਾਬੀ ਸੁਣ ਕੇ ਨਾ ਇਕਦਮ ਬੌਂਤਰ ਜੇ ਜਾਂਦੇ, ਉਹ ਸੋਚਦੇ ਕਿਹੜੀ ਜ਼ਬਾਨ ਬੋਲਦੀ ਪਈ ਹੈ ਪੇਂਡੂ ਜੀ, ਹਨਾ? ਏਦਾਂ ਸੋਚਦੇ ਪੇਂਡੂ ਜੀ ਕਿਹੜੀ ਜ਼ਬਾਨ ਬੋਲਦੀ ਪਈ ਹੈ। ਮੇਰਾ ਪੂਰਾ ਨਾਮ ਲੈਣ ਜੀ, ਸ਼ੁਕਰੀਆ। ਕੀ ਨਾਂ ਹੈ ਤੇਰਾ ਜਨਾਬ? ਪੂਰਾ ਅਬਦੁਲ ਗਫਾਰ ਖਾਨ ਕਤਪਾਲ। ਕਤਪਾਲ ਕੀ ਹੋਇਆ? ਜਹਾਂਗੀਰ ਕਹਿੰਦੇ ਨੇ ਨਾ ਨਾਰਾਜ਼ ਨਹੀਂ ਹੋਣਾ, ਮੈਂ ਰੋਜ਼ਾਨਾ ਆਪਕੋ ਦੇਖਤਾ ਹੂੰ। ਉਹ ਹੋ ਜਹਾਂਗੀਰ ਖਾਨ, ਨਾਰਾਜ਼ ਕਿੱਥੋਂ ਹੋਣਾ ਜਨਾਬ ਤੁਹਾਡੇ ਨਾਲ। ਹਾਂਜੀ ਅਫਜ਼ਲ ਭੱਟ ਕਹਿੰਦੇ ਨੇ ਹੈਲੋ ਜਾਨੀ, ਹੈਲੋ ਜੀ। ਵਕਾਰ ਕਹਿੰਦੇ ਨੇ ਹਾ ਹਾ ਹਾ। ਸਾਈਦਾ ਕਹਿੰਦੇ ਨੇ ਆਪੀ ਕਮੈਂਟ ਰੀਡ ਕਰੇ। ਵਫਾ ਜ਼ੈਨਬ, ਉਹ ਹੋ ਵਫਾ ਜ਼ੈਨਬ ਕਿਦੋਂ ਆਈ? ਅਸਲ ਯੋ ਕਹਿੰਦੇ ਨੇ ਮੇਰੀ ਵਾਈਫ ਕਹਿ ਰਹੀ ਹੈ ਆਰਾਮ ਸੇ ਬਾਤ ਕਰੋ। ਪਤਾ ਕੀ ਮਿਸਿਸ ਆਸਿਫ ਅਯੂਬ, ਜੇ ਮੈਂ ਆਰਾਮ ਨਾਲ ਗੱਲ ਕੀਤੀ, ਕਈਆਂ ਲੋਕਾਂ ਦੇ ਕਮੈਂਟਸ ਨਹੀਂ ਪੜੇ ਜਾਣੇ ਹਾਲੇ, ਤੇ ਮੈਂ ਆਰਾਮ ਨਾਲ ਬੋਲਣੀ ਪਈ ਹਾਂ। ਹਾਂ ਤੇ ਅਸਗਰ ਕਹਿੰਦੇ ਨੇ ਜੀ ਲੱਗਦਾ ਸੁਣਾ ਨਹੀਂ ਆਉਣਾ ਚਾਹੀਦਾ ਜਦੋਂ ਤੁਸੀਂ ਸਾਡਾ ਕਮੈਂਟ ਹੀ ਨਹੀਂ ਪੜਨਾ। ਵੇਖਿਆ ਬੋਲ ਰਹੀ ਹੈ, ਬੋਲ ਪਰ ਸੌਂਗ ਸੁਣਾ ਦੋ ਆਤਿਫ ਕਾ। ਬੋਲ ਰਾਨੀ ਬੋਲ, ਬੋਲ ਰਾਨੀ ਬੋਲ ਕਿਹੜਾ ਸੌਂਗ ਹੈ ਬਈ? ਯੂ ਆਰ ਫਰੋਮ, ਮੈਂ ਦੁਬਈ ਤੋਂ। ਸ਼ੇਖ ਕਹਿੰਦੇ ਨੇ ਜ਼ਾਲਿਮ ਆਪ ਤੋਂ ਯੰਗਰ ਲੱਗ ਰਹੀ ਹੋ। ਸ਼ੇਖ ਕਮੀਨਿਓ, ਇਸ ਤੋਂ ਪਹਿਲੇ ਕਿ ਮੈਂ ਬੁੱਢੀ ਰੂਹ ਲੱਗਦੀ ਹੁੰਦੀ ਸੀ, ਅੱਜ ਬੜੀ ਤੁਹਾਨੂੰ ਮੁਸੀਬਤ ਪਈ ਹੋਈ ਸਾਰਿਆਂ ਨੂੰ। ਅੱਛਾ ਮੁਹੰਮਦ ਸ਼ੇਖ ਕਹਿੰਦੇ ਨੇ ਜੀ ਇਹ ਡਾਕਟਰ ਅਹਿਮਦ ਸਾਹਿਬ ਤੁਹਾਨੂੰ ਸਲਾਮ ਕਹਿ ਰਹੇ ਨੇ। ਓਕੇ ਮੁਦੱਸਰ ਸ਼ੋਏਬ, ਵਾਲੇਕੁਮ ਸਲਾਮ ਤੁਹਾਡੇ ਡਾਕਟਰ ਅਹਿਮਦ ਸਾਹਿਬ ਨੂੰ। ਮਲਿਕ ਕਹਿੰਦੇ ਨੇ ਜੀ SCR ਡਿਸਟਰਬੈਂਸ, ਪਤਾ ਨਹੀਂ ਕੀ। ਮੰਤਜ਼ਰ ਕਹਿੰਦੇ ਨੇ ਨਾਇਸ ਜੀ, ਤੇ ਰੁਸਤਮ ਕਹਿੰਦੇ ਨੇ ਗੁੱਡ ਜੀ। ਰੁਸਤਮ ਕਹਿੰਦੇ ਨੇ ਜੀ ਮਾਸ਼ਾਅੱਲਾ, ਥੈਂਕ ਯੂ ਰੁਸਤਮ ਅਲੀ ਸਦਾਕਤ। ਇਮਤਿਆਜ਼ ਕਹਿੰਦੇ ਨੇ ਰਾਹਤ ਫਤਿਹ ਅਲੀ ਦਾ ਕੋਈ ਗੀਤ ਸੁਣਾ ਦਿਓ। ਕਿੱਡੀਆਂ ਫਰਮਾਇਸ਼ਾਂ ਤੁਹਾਡੇ ਕੋਲ, ਮੁਸਕਰਾਤੀ ਅੱਛੀ ਲੱਗਦੀ ਅਫਸਰ ਬਟ, ਥੈਂਕ ਯੂ ਵੈਰੀ ਮਚ। ਅਬਦੁੱਲਾ ਕਹਿੰਦੇ ਨੇ ਨਾਇਸ, ਤੇ ਸੈਯਦ ਕਹਿੰਦੇ ਨੇ ਬਾਏ, ਟੇਕ ਕੇਅਰ। ਓਕੇ ਸੈਯਦ, ਵਫਾ ਜ਼ੈਨਬ ਜਾ ਰਹੇ ਹੋ। ਵਾਜਿਦ ਕਹਿੰਦੇ ਨੇ ਸਾਡੀ ਤੇ ਸੁਣੋ ਜੀ, ਤੁਸੀਂ ਦੱਸੋ ਹੁਣ। ਮੈਂ ਮਤਲਬ ਜੇ ਮੈਂ ਆਰਾਮ ਨਾਲ ਪੜ੍ਹਨੀ ਆ ਤਦ ਮੁਸੀਬਤ ਆ ਕਿ ਅਲਾਮੇ ਆਉਂਦੇ ਆ, ਜੇ ਮੈਂ ਜਲਦੀ ਜਲਦੀ ਪੜ੍ਹਨੀ ਆ ਫਿਰ ਸੋਚਦੇ ਹੋ ਕਿ ਜਲਦੀ ਜਲਦੀ ਮੈਸੇਜ ਨਿਕਲ ਗਿਆ। ਮੁੰਤਹਿਰ ਕਹਿੰਦੇ ਨੇ ਹਾਏ, ਤੇ ਮੁਜ਼ੱਸਰ ਕਹਿੰਦੇ ਨੇ ਨਾਇਜ਼, ਤੇ ਅਯੂਬ ਕਹਿੰਦੇ ਨੇ ਨਾਇਜ਼, ਪ੍ਰਿੰਸ ਕਹਿੰਦੇ ਨੇ ਹੈਲੋ, ਤੇ ਐ ਕੌਣ ਨੇ ਅਸਰਫੁੱਲ ਕਹਿੰਦੇ ਨੇ ਹੈਲੋ ਮੈਡਮ ਆਈ ਲਵ ਯੂ। ਆਸਿਫ ਕਹਿੰਦੇ ਨੇ ਜੀ ਲੌਂਗ ਲਾਚੀ ਵਾਲਾ ਸੌਂਗ ਸੁਣਾ ਦਿਓ। ਤਨਵੀਰ ਕਹਿੰਦੇ ਨੇ ਪਤਾ ਨਹੀਂ ਕੀ, ਤੇ ਯਾਸਿਫ ਕਹਿੰਦੇ ਨੇ ਵੈਰੀ ਨਾਇਸ। ਅਜ਼ੀਮ ਕਹਿੰਦੇ ਨੇ ਹਾਏ। ਜ਼ਾਹਿਦ ਕਹਿੰਦੇ ਨੇ ਮੇਰਾ ਵੀ ਨਾਮ ਲੈ ਲਓ, ਜ਼ਾਹਿਦ ਅਯੂਬ, ਜ਼ਾਹਿਦ ਅਯੂਬ। ਓਕੇ ਜੀ। ਤਨਵੀਰ ਕਹਿੰਦੇ ਨੇ ਜੀ ਅਸਲਾਮ ਅਲੈਕੁਮ, ਵਾਲੇਕੁਮ ਸਲਾਮ। ਤੇ ਮੁਹੰਮਦ ਕਹਿੰਦੇ ਨੇ ਆਪ ਕਿਆ ਕੰਮ ਕਰਤੀ ਹੈ, ਤੂੰ ਜਿਹੜੀ ਮੈਨੂੰ ਤਨਖਾਹ ਦੇਣੀ ਹੈ ਨਾ ਤੂੰ ਰੋਕ ਲੈ, ਤੇਰੀ ਮਿਹਰਬਾਨੀ। ਹਾਂ ਬੜੀ ਹੋ ਗਈ। ਮੁੰਤਜ਼ਰ ਕਹਿੰਦੇ ਨੇ ਸੁਣੋ, ਅੱਛਾ ਲੌਂਗ ਲਾਚੀ ਵਾਲਾ। ਮੇਰੇ ਸੁਨੇ ਸੁਨੇ ਪੈਰ, ਤੂੰ ਤਾਂ ਜਾਂਦਾ ਰਹਿਣਾ ਸ਼ਹਿਰ, ਬਹੁਤਾ ਮੰਗਦੀ ਨਾ ਥੋੜਾ, ਲੈ ਦੇ ਚਾਂਜਰਾਂ ਦਾ ਜੋੜਾ, ਜਿਹੜਾ ਵਿਕਦਾ ਬਾਜ਼ਾਰਾਂ ਵਿੱਚ ਆਮ ਵੇ ਮੁੰਡਿਆ। ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ, ਸੰਦਲੀ ਸੰਦਲੀ ਨੈਣਾ ਵਿੱਚ ਤੇਰਾ ਨਾਮ ਵੇ ਮੁੰਡਿਆ। ਬੋਲ ਭਵੇਂ ਨਾ ਬੋਲ ਸੱਜਣ ਤੂੰ ਰਾਜ਼ੀ ਰੋ। ਇਹ ਕੀ ਗੱਲ ਹੋਈ ਸੱਜਣ ਦੀ ਮਜਾਲ ਹੈ? ਇੱਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ, ਬੋਲ ਭਵੇਂ ਨਾ ਬੋਲ, ਮੂੰਹ ਨਹੀਂ ਤੋੜਦਾ ਕਿ ਸੱਜਣ ਦਾ। ਗੁਰਪ੍ਰੀਤ ਸਿੰਧੂ ਕਹਿੰਦੇ ਨੇ ਜੀ ਕੋਈ ਪੰਜਾਬੀ ਸੌਂਗ ਸੁਣਾ ਦਿਓ। ਪੰਜਾਬੀ ਮੇਰਾ ਇਸ਼ਕ ਵੀ ਤੂੰ, ਮੇਰਾ ਯਾਰ ਵੀ ਤੂੰ, ਮੇਰਾ ਇਸ਼ਕ ਵੀ ਤੂੰ, ਮੇਰਾ ਯਾਰ ਵੀ ਤੂੰ, ਮੇਰਾ ਦੀਨ ਵੀ ਤੂੰ, ਈਮਾਨ ਵੀ ਤੂੰ। ਅੱਛਾ ਚੰਗਾ ਭਲਾ, ਜਿਹੜਾ ਬਹੁਤਾ ਸੀਰੀਅਸ ਗਾਣਾ ਹੁੰਦਾ ਨਾ ਉਹ ਮੈਨੂੰ ਆਪ ਗਾ ਕੇ ਹਾਸਾ ਆ ਜਾਂਦਾ, ਮੈਂ ਕੀ ਕਰਾਂ।
ਤੇ ਵਸੀਮ ਬਾਰੀ ਕਹਿੰਦੇ ਨੇ ਜੀ ਆਪਣੇ ਚਿਹਰੇ ਕੀ ਸਹੀ ਕਰਕੇ ਗਾਣਾ ਸੁਣਾਇਆ, ਆਪਣੇ ਚਿਹਰੇ ਕੋ ਸਹੀ ਕਰਕੇ ਗਾਣਾ ਸੁਣਾਇਆ। ਰੁੱਖੇ ਵਾਲਾਂ ਦੇ ਵੇ ਛੱਲੇ ਤੇਰੇ ਬਿਨਾ ਅਸੀਂ ਕੱਲੇ, ਅੱਛਾ ਸਾਹਿਬ ਕਹਿੰਦੇ ਨੇ ਥੈਂਕ ਯੂ, ਮੈਂ ਥੈਂਕ ਯੂ ਮੇਰੇ ਬੋਲਣੇ ਕਾ। ਵਸੀਮ ਬਾਰੀ ਕਹਿੰਦੇ ਨੇ ਆਪ ਕੁਛ ਨਹੀਂ ਸੁਣਾਏ ਤੋ ਬੇਕਾਰ ਹੈ ਐਸੇ। ਅੱਛਾ ਬਿਪਾਲਾ ਕਹਿੰਦੇ ਨੇ ਜੀ ਵੈਰੀ ਨਾਈਸ, ਜੋਸਫ ਕਹਿੰਦੇ ਨੇ ਆਈ ਲਵ ਯੂ, ਯਾਸਿਰ ਕਹਿੰਦੇ ਨੇ ਰੀਅਲੀ। ਅੱਛਾ ਉਹ ਯਾਰ ਉਹ ਗਾਣਾ ਸੀ ਨਾ, ਇੱਕ ਮਿੰਟ ਸਬਰ ਕਰੋ, ਯਾਦ ਤੇ ਕਰਨ ਦਿਆ ਕਰੋ, ਯਾਦ ਕਰਨ ਦੇ ਕਰੋ। ਯਾਦ ਨਹੀਂ ਆਂਡੇ, ਸਬਰ ਕਰੋ। ਆ ਜਾਓ ਲਾ ਦੇਨੇ ਚਾਂਚਰਾਂ ਕਾ ਜੋੜਾ, ਅਦੀਲ ਨੂਰ ਜਾਂ ਦੀ ਆਵਾਜ਼ ਮੈਂ ਗਾਣਾ ਗਾਓ, ਨੂਰ ਜਾਂ ਦੀ ਆਵਾਜ਼ ਨੀ, ਨੂਰ ਜਾਂ ਦਾ ਗਾਣਾ ਗਾ ਸਕਦੀ ਹਾਂ। ਹਾਂ ਭਲਾ ਕਿਹੜਾ, ਅੱਲਾ ਪਾਕ ਕਰਮ ਕਰੇਗਾ ਜੀ ਬਾਜੀ ਜੀ। ਥੈਂਕ ਯੂ ਮਲਿਕ ਆਰਫ। ਮੁਦੱਸ ਕਹਿੰਦੇ ਨੇ ਆਜ ਸਭੀ ਪੇਜ ਤਾਨੇ ਹਵਾਏ ਛਮਲੀ ਖੁੱਲਦੇ ਨੇ। ਮਾਨਿਕ ਕਹਿੰਦੇ ਨੇ ਵੈਰੀ 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 ਨਾਈਸ, ਓ ਮਾਨਿਕ ਕਿੱਦਾਂ। ਤੇ ਜ਼ਾਹਦ ਕਹਿੰਦੇ ਯੂ ਕਹਿੰਦੇ ਨੇ ਆਜ ਬਹੁਤ ਅੱਛੀ ਲੱਗ ਰਹੀ ਹੈ। ਸਜਾਦ ਕਹਿੰਦੇ ਨੇ ਹੈਲੋ ਮੋਰਨਿੰਗ। ਅਹਿਮਦ ਰਜ਼ਾ ਕਹਿੰਦੇ ਨੇ ਯੂਟਿਊਬ ਪੇ ਨੈਨਾ ਆ ਰਹੀ ਅੱਜ ਕੱਲ, ਹਾਂ ਅੱਜ ਕੱਲ ਯੂਟਿਊਬ ਤੇ ਆ ਰਹੀ। ਗੋਲਡ ਕਹਿੰਦੇ ਨੇ ਲਵ ਯੂ ਕਿੰਨਾ ਸਾਰਾ, ਹਾਂ ਇਹ ਕੌਣ ਨੇ ਜ਼ਮਾਨ ਅਖਤਰ, ਜ਼ਮਾਨ ਅਖਤਰ ਕਹਿੰਦੇ ਨੇ ਰੌਣਾ ਦਾ ਰੌਣਾ ਦਾ। ਤੇ ਅਸਦੁੱਲਾ ਕਹਿੰਦੇ ਨੇ ਹੈਲੋ ਬਿਊਟੀਫੁਲ, ਖਾਨ ਕਹਿੰਦੇ ਨੇ ਸੁਪਰ, ਗੁਰਪ੍ਰੀਤ ਕਹਿੰਦੇ ਨੇ ਅੱਤ ਸੌਂਗ, ਹਾਂ ਵਧੀਆ ਲੱਗਦਾ ਹੈ ਨਾ ਵਾਲਾ। ਰੁੱਖੇ ਵਾਲਾਂ ਦੇ ਵਿੱਚ ਛੱਲੇ ਤੇਰੇ ਬਿਨਾ ਅਸਾਂ ਕੱਲੇ ਐ ਨਾ, ਹਾਂ ਇਹ ਮੰਗਾ ਮੈਂ ਦੁਆਵਾਂ ਰੁੱਖਾਂ ਬਨ ਜਾਣ ਛਾਵਾਂ, ਹੈ ਨਾ। ਮੁਖਤਾਰ ਕਹਿੰਦੇ ਨੇ ਹੈਲੋ, ਅਬਦੁਲ ਕਹਿੰਦੇ ਨੇ ਆਪ ਇਤਨੀ ਕਿਊਟ ਹੋ ਕਿਉਂ ਹੋ ਜੀ, ਤੇ ਅਫਜ਼ਲ ਭੱਟ ਕਹਿੰਦੇ ਨੇ ਲੱਗਦੀ ਲਾਹੌਰ ਦੀ ਆ। ਯਾਸਰ ਕਹਿੰਦੇ ਨੇ ਆਪਕਾ ਨਾਮ, ਮੇਰਾ ਨਾਂ ਨੈਨਾ ਸੁਨੈਨਾ। ਬਿਪਾਲ ਬਿਪਾਲ ਕਹਿੰਦੇ ਨੇ ਹਾਏ ਸੋ ਸਵੀਟ। ਮੁਹੰਮਦ ਕਹਿੰਦੇ ਨੇ ਨਾਇਸ। ਇੰਤਜ਼ਾਰ ਕਹਿੰਦੇ ਨੇ ਸਲਾਮ, ਵਾਲੇਕੁਮ ਸਲਾਮ ਇੰਤਜ਼ਾਰ ਸਾਹਿਬ। ਤੇ ਸ਼ੇਅਰ ਦਾ ਬਟਨ ਨੱਪੀ ਜਾਓ। ਜ਼ਾਹਿਦ ਨਦੀਮ, ਮਲਿਕ ਅਫਜ਼ਲ, ਬਾਜੀ ਜੀ, ਮਲਿਕ ਅਰਫਾਤ ਹੂੰ ਜੀ, ਬਾਜੀ ਜੀ ਓਕੇ ਜੀ, ਮਲਿਕ ਅਰਫਾਤ ਜੀ। ਗੋਲਡ ਸਮਿਥ ਆ ਗਏ ਨੇ ਕਹਿੰਦੇ ਨੇ ਆਈ ਵਾਂਟ, ਤੇ ਅਬਦੁਲ ਕਹਿੰਦੇ ਨੇ ਮੈਡਮ ਜੀ ਕੈਸੀ। ਅੱਛਾ ਨੂਰ ਜਾਂ ਦਾ ਗਾਣਾ ਕਿਹੜਾ, ਜੇ ਮੈਂ ਹੁੰਦੀ ਢੋਲਨਾ ਹਾਏ ਢੋਲਨਾ, ਸੋਨੇ ਦੀ ਤਵੀਤੜੀ ਰਹਿੰਦੀ ਕੱਲ ਨਲ ਲੱਗੇ ਤੇਰੇ ਸਾਵਾਂ ਦੇ ਨੇੜੇ ਨੇੜੇ, ਕਿਵੇਂ ਬਣਾ ਹਾਨੀਆਂ ਹਾਨੀਆਂ, ਹਾਂ ਸੋਨੇ ਦੀ ਤਵੀਤੜੀ। ਮੈਨੂੰ ਇਸ ਤਵੀਤੜੀ ਦੇ ਨਾਲ ਬੜੀ ਖਾਰ ਵੇ, ਵੰਡ ਲਿਆ ਇਹਨੇ ਤੇਰੇ ਨਾਲ ਮੇਰਾ ਪਿਆਰ ਵੇ। ਇਹ ਸੋਕਨ ਸੋਹਣੇ ਰੰਗ ਦੀ ਨਹੀਂ ਲੱਗਦੀ ਮੈਨੂੰ ਚੰਗੀ, ਅੱਗਾ ਲਾਉਂਦੇ ਹਾਨੀਆਂ ਹਾਨੀਆਂ, ਹਾਂ ਸੋਨੇ ਦੀ ਤਵੀਤੜੀ। ਆਲਿਆਂ ਕਹਿੰਦੇ ਨੇ ਅਸਲਾਮ ਵਾਲੇਕੁਮ ਨੈਨੋ ਜੀ, ਕਿਤਨੇ ਦਿਨੋਂ ਬਾਅਦ ਦੇਖਾ ਆਪਕੋ। ਗੁਰਪ੍ਰੀਤ ਕਹਿੰਦੇ ਨੇ ਅੱਲਾ ਵੀ ਅੱਲਾ ਵੀ ਚੂ ਜੀ। ਫਤਿਹ ਕਹਿੰਦੇ ਨੇ ਜੀ ਕਲਾਸਿਕ। ਗੋਲਡ ਕਹਿੰਦੇ ਨੇ ਯੂ ਆਰ ਮੈਰਿਡ, ਨਹੀਂ ਮੈਰਿਡ ਮੈਂ। ਅਸਦ ਕਹਿੰਦੇ ਨੇ ਜੀ ਪਲੀਜ਼ ਫੋਲੋ ਬੈਕ। ਵਕਾਰ ਕਹਿੰਦੇ ਨੇ ਬਨ ਨੂਰ ਜਾਓ, ਬਨ ਨੂਰ ਜਾਂ ਬਨ ਜਾਓ। ਫੈਸਲ ਕਹਿੰਦੇ ਨੇ ਓਹੋ, ਰਾਜੇ ਕਹਿੰਦੇ ਨੇ ਹਾਏ, ਤੇ ਜਾਨ ਮੁਹੰਮਦ ਕਹਿੰਦੇ ਨੇ ਸੁਭਾਨ ਅੱਲਾ, ਤੇ ਮੁਖਤਿਆਰ ਕਹਿੰਦੇ ਨੇ ਹਾਏ ਸ਼ਾਨ ਐਟ ਵਟ ਇਜ਼ ਅਪਥਮੈਨ ਯੂ, ਬੜਾ ਪਿਆਰਾ ਲੱਗਦਾ। ਮਲਿਕ ਕਹਿੰਦੇ ਨੇ ਜੀ ਮਲਿਕ ਮਿਹਰਬਾਨ, ਓਕੇ ਮਲਿਕ ਕਹਿੰਦੇ ਨੇ ਵੈਰੀ ਨਾਈਸ। ਮੁਹੰਮਦ ਕਹਿੰਦੇ ਨੇ ਕੋਈ ਪਰਦੇਸ ਗਏ ਕੋਈ ਗਾਣਾ ਸੁਣਾਓ, ਪਰਦੇਸੀਓ ਕੇ ਲਈ ਕੋਈ ਗਾਣਾ ਸੁਣਾਓ। ਪਰਦੇਸ ਪਰਦੇਸ ਗਏ ਪਰਦੇਸੀ ਹੋਇਓ, ਤੇ ਲਿਖ ਲਿਖ ਚਿੜੀਆਂ ਪਾ ਚਿੱਠੀ ਨਾ ਕੋਈ ਸੰਦੇਸ, ਜਾਣੇ ਵੋ ਕੌਣ ਸਾ ਦੇਸ ਜਹਾਂ ਤੁਮ ਚਲੇ ਗਏ, ਜਹਾਂ ਤੁਮ ਚਲੇ ਗਏ, ਇਸ ਦਿਲ ਕੋ ਲਗਾ ਕਰ ਠੇਸ, ਜਾਣੇ ਵੋ ਕੌਣ ਸਾ ਦੇਸ ਜਹਾਂ ਤੁਮ ਚਲੇ ਗਏ। ਦੀਪਜੋਤ ਕਹਿੰਦਾ ਜਿਹੜੇ ਬੰਦੇ ਤੈਨੂੰ ਗਾਣਾ ਗਾਉਣ ਦਾ ਕਹਿੰਦੇ ਅੱਲਾ ਉਹਨਾਂ ਦਾ ਬੇੜਾ ਕਰ।
ਹਾਏ ਮੈਨੂੰ ਬੜਾ ਮਜ਼ਾ ਆਉਂਦਾ ਜਦੋਂ ਲੋਕੀ ਮੈਨੂੰ ਕਹਿੰਦੇ ਗਾਣਾ ਗਾ ਆ ਗਾ ਉਹ ਗਾ ਤੇ ਮੈਂ ਗਾਈ ਜਾਂਦੀ ਤੇ ਜਿਹੜੇ ਲੋਕੀ ਨਹੀਂ ਸੁਣਨਾ ਚਾਹੁੰਦੇ ਉਹਨਾਂ ਨੂੰ ਜ਼ਬਰਦਸਤੀ ਸੁਣਨਾ ਪੈਂਦਾ ਉਸ ਵੇਲੇ ਮੈਨੂੰ ਬੜਾ ਮਜ਼ਾ ਆਉਂਦਾ ਜਿੱਦਾਂ ਦੀਪਜੋਤ ਇਰੀਟੇਟ ਹੁੰਦੇ ਆ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਸਾਨੂੰ ਨਹਿਰ ਵਾਲੇ ਪੁੱਲ ਤੇ ਬੁਲਾ ਕੇ ਤੇ ਖਰੇ ਮਾਹੀ ਕਿੱਥੇ ਰਹਿ ਗਿਆ ਸਾਡੀ ਅੱਖਾਂ ਵਿੱਚੋਂ ਨੀਂਦਰਾਂ ਉਡਾ ਕੇ ਸਾਡੀ ਅੱਖਾਂ ਵਿੱਚ ਤੇ ਖਰੇ ਮਾਹੀ ਕਿੱਥੇ ਰਹਿ ਗਿਆ ਹਾਂ ਕਿਹੜਾ ਸੀ ਰੰਗਲਾ ਦੁਪੱਟਾ ਮੇਰਾ ਸੱਤ ਨਹੀਂ ਪਤਾ ਨਹੀਂ ਸੱਤ ਰੰਗ ਦਾ ਕਿ ਕਿਹੜੇ ਰੰਗ ਦਾ ਆਵੇਂ ਤੇ ਮਨਾਵਾਂਗੀ ਮੈਂ ਹੱਥ ਜੋੜ ਕੇ ਮਾਹੀ ਵੇ ਤੂੰ ਗੁੱਸਾ ਕੀਤਾ ਕਿਹੜੀ ਗੱਲ ਦਾ ਤੇਰੇ ਪੈਰਾਂ ਵਿੱਚ ਬੇੜੀਆਂ ਪਾ ਕੇ ਸਾਡੇ ਪੈਰਾਂ ਵਿੱਚ ਬੇੜੀਆਂ ਪਾ ਕੇ ਤੇ ਖਰ ਮਾਹੀ ਕਿੱਥੇ ਮਰ ਗਿਆ ਅੱਛਾ ਮਾਲਕ ਕਹਿੰਦੇ ਨੇ ਜੀ ਨਾਦੀਆ ਅਲਮਾਦਾ ਅਲਮਾਦਾ ਮਲਿਕ ਮਿਹਰਬਾਨ ਤੇ ਯਾਸਮੀਨ ਯਾਸਮੀਨ ਪਤਾ ਨਹੀਂ ਕੀ ਕਰਦੇ ਨੇ ਮੁਨੀਰ ਅਹਿਮਦ ਕਹਿੰਦੇ ਨੇ ਹਾਏ ਤੇ ਅਲੀ ਕਹਿੰਦੇ ਨੇ ਨਾਇਸ ਅਸਦੁੱਲਾ ਕਹਿੰਦੇ ਨੇ ਬਹੁਤ ਖੁਸ਼ ਲੱਗ ਰਹੀ ਹੋ ਕਿਆ ਬਾਤ ਹੈ ਅੱਛਾ ਹੁਣ ਖੁਸ਼ ਰਹਿਣ ਲਈ ਵੀ ਤੁਹਾਨੂੰ ਲੋਕਾਂ ਨੂੰ ਵਜ੍ਹਾ ਦੱਸਣੀ ਪਊਗੀ ਵਾਹ ਤੇਰੇ ਸਦਕੇ ਜਾਵਾਂ ਮੁਹੰਮਦ ਕਹਿੰਦੇ ਨੇ ਜੀ ਗਾਣਾ ਬਸ ਕਰ ਦਿਓ ਤੇ ਆਹ ਜਿਹੜੇ ਮੈਨੂੰ ਕਹਿੰਦੇ ਆ ਵੀ ਆਸ ਨਾ ਉਹਨਾਂ ਨੂੰ ਕਹੋ ਨਾ ਵੀ ਗਾਣਾ ਬਸ ਕਰ ਦਿਓ ਹਾਂ ਉਹਨਾਂ ਨੂੰ ਕਹੋ ਵੀ ਫਰਮਾਇਸ਼ ਕਰਨੀ ਬਸ ਕਰ ਦਿਓ ਨਹੀਂ ਤੇ ਉਹ ਫਰਮਾਇਸ਼ ਕਰੀ ਜਾਣਗੇ ਮੈਂ ਤਾਂ ਸੁਣਾਈ ਜਾਣਾ ਤੇ ਮੁਨੀਰ ਕਹਿੰਦੇ ਨੇ ਜੀ ਗ੍ਰੇਟ ਅਲੀ ਅਜਾਨ ਕਹਿੰਦੇ ਨੇ ਵੈਰੀ ਗੁੱਡ ਤਾਹਿਰ ਕਹਿੰਦੇ ਨੇ ਤੁਸੀਂ ਕਿੱਥੇ ਸੀ ਦਿਲ ਮੇਰਾ ਯੇ ਕਹਤਾ ਹੈ ਤੁਮ ਮੇਰੇ ਹੋ ਤੁਮ ਹੋ ਜਹਾਂ ਤੁਮ ਮੇਰੇ ਹੋ ਐ ਜਾਣੇ ਜਾਂ ਤੁਮ ਮੇਰੇ ਹੋ ਆਖੋ ਮੈਂ ਆਨੇ ਵਾਲੇ ਦਿਲ ਮੇ ਸਮਾਨੇ ਵਾਲੇ ਦਿਲ ਸੇ ਤੂੰ ਜਾਣਾ ਨਹੀਂ ਮੈਂ ਜਵਾਂ ਮੈਂ ਹਸੀ ਮੇਰੇ ਪਾਸ ਕਿਆ ਨਹੀਂ ਹੋ 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 ਆਖੋ ਮੈਂ ਆਨੇ ਵਾਲੇ ਦਿਲ ਮੇ ਸਮਾਨੇ ਵਾਲੇ ਅਫਜ਼ਲ ਭੱਟ ਚਸ਼ਮਾ ਉਤਾਰ ਦਿਓ ਚਸ਼ਮਾ ਲਾ ਦਾ ਤੇ ਤੁਹਾਡੇ ਮੈਸੇਜ ਕਿੰਨੇ ਪੜ੍ਹਨੇ ਆ ਅਬਰਾਰੂ ਹੱਕ ਦਾ ਗਾਣਾ ਐਡੀ ਸੋਹਣੀ ਕੁੜੀ ਉੱਤੋਂ ਐਡੀ ਐਡੀ ਅੱਖ ਇੱਥੇ ਰੱਖ ਇੱਥੇ ਰੱਖ ਦਿਲ ਕਰ ਇਹਦੇ ਉੱਤੋਂ ਵਾਰਦੇ ਆ ਲੱਖ ਇੱਥੇ ਰੱਖ ਅੱਛਾ ਜੀ ਅਫਜ਼ਲ ਸਾਹਿਬ ਭੱਟ ਸਾਹਿਬ ਕਹਿੰਦੇ ਨੇ ਅੱਛਾ ਤੇ ਸਾਡਾ ਤੇ ਫਿਰ ਸਬਰ ਹੀ ਹੈ ਤੁਹਾਡਾ ਸਬਰ ਹੈ ਤੇ ਮੇਰਾ ਜਬਰ ਹੈ ਦੋਵੇਂ ਬਰਾਬਰ ਨੇ ਇਹ ਕੌਣ ਨੇ ਬਹਾਦਰਾ ਕਹਿੰਦੇ ਨੇ ਬਹੁਤ ਆਲਾ ਵੈਰੀ ਗੁੱਡ ਤੇ ਤਾਹਿਰ ਕਹਿੰਦੇ ਨੇ ਕੀ ਹੋ ਗਿਆ ਤਾਹਿਰ ਕਚਹਿਰੀ ਆ ਪਲਾਲੀ ਜੱਟ ਨੇ ਆਹ ਵਧੀਆ ਗਾਣਾ ਸੁਖਮਲੀ ਕਹਿੰਦੇ ਨੇ ਬਾਬੂ ਮਾਨ ਦਾ ਸੌਂਗ ਹਾਂ ਇਹ ਬਾਬੂ ਮਾਨ ਦਾ ਕਿਹੜਾ ਸੌਂਗ ਉਹ ਵਾਲਾ ਕਿਹੜਾ ਗਾਣਾ ਉਹ ਕਹਿੰਦੀ ਜਿਹੜੀ ਵੀ ਸਾਰੇ ਸੋ ਗਏ ਤੇ ਤੂੰ ਉੱਥੇ ਆ ਜਾ ਪਿਛਲੇ ਵਿਹੜੇ 'ਚ ਆ ਜਾ ਏਦਾਂ ਦਾ ਕਿਹੜਾ ਗਾਣਾ ਸੀ ਪਿੰਡ ਸੋ ਗਿਆ ਸਾਰਾ ਉਹ ਕਿਹੜਾ ਗਾਣਾ ਸੀ ਯਾਰ ਦੱਸੋ ਕਿਹੜਾ ਗਾਣਾ ਸੀ ਫਿਰ ਉਹ ਵਾਲਾ ਸੁਣਾਉਂਦੀ ਨੈਨਾ ਰਿਲੀਜਨ ਕੀ ਹੈ ਤੇਰਾ ਆਤਿਫ ਖਾਨ ਕੀ ਹੋ ਗਿਆ ਮੇਰਾ ਰਿਲੀਜਨ ਪੁੱਛਣ ਲੱਗ ਪਿਆ ਕੀ ਮੈਂ ਤੈਨੂੰ ਮਰਾਸਨ ਲੱਗਣ ਲੱਗ ਪਈ ਹੈ ਤੇ ਸ਼ਾਨੀ ਜਾਨ ਕਹਿੰਦੇ ਨੇ ਵੈਰੀ ਗੁੱਡ ਅਬਦੁਲ ਕਹਿੰਦੇ ਨੇ ਬਹੁਤ ਮੋਟੀ ਗਲਾਸਿਸ ਹੈ ਨਹੀਂ ਹੈ ਜਾਨੀ ਕਹਿੰਦੇ ਨੇ ਵੈਰੀ ਨਾਈਸ ਤੇ ਖਵਾਜੇ ਕਹਿੰਦੇ ਨੇ ਹੈਲੋ ਚੰਨ ਚਾਨਣੀ ਰਾਤ ਮਹਿਰ ਮਾਂ ਟਿਮਟਿਮਾਂ ਦੇ ਤਾਰੇ ਪਿਛਲੀ ਗਲੀ ਵਿੱਚ ਆਦਾ ਸੋਹਣਿਆ ਸੋ ਗਏ ਪਿੰਡ ਦੇ ਸਾਰੇ ਚੰਨ ਚਾਨਣੀ ਰਾਤ ਮਹਿਰ ਮਾਂ ਟਿਮਟਿਮਾਂ ਦੇ ਤਾਰੇ ਤਾਰਾ ਚੋਵਾਂ ਪੋਚੇ ਲਾਵਾਂ ਭੱਜ ਭੱਜ ਕੰਮ ਨਬੇੜਾਂ ਸ਼ੀਸ਼ਾ ਮੈਨੂੰ ਮਾਰ ਸਿੰਘ ਤਾਂ ਜਦ ਜ਼ੁਲਫਾਂ ਨੂੰ ਛੇੜਾਂ ਜ਼ੁਲਫਾਂ ਦੀ ਚੱਲ ਮਾਰਾ ਬਹਿ ਜਾ ਆਏ ਹਾਏ ਜੀ ਹੈ ਮੌਕਾ ਭਾਈ ਦੇ ਪਾਲੀ ਗਿਆ ਬਹੁਤ ਤੇ ਦੋ ਦਿਨ ਨਹੀਂ ਉੱਠਦਾ ਹਾਂ ਨੈਨਾ ਰਿਲੀਜਨ ਕੀ ਆ ਤੇਰਾ ਮੇਰਾ ਰਿਲੀਜਨ ਅਲਹਮਦੁਲਿਲਾ ਮੁਸਲਮਾਨ ਆ ਕੀ ਹੋ ਗਿਆ
ਮੇਰਾ ਰਿਲੀਜਨ ਪੁੱਛਦੇ ਪਏ ਹੋ, ਇੱਦਾਂ ਦੀ ਕਿਹੜੀ ਗੱਲ, ਕਿਹੜੀ ਹਰਕਤ ਮੈਂ ਕਰ ਦਿੱਤੀ ਹੈ? ਅੱਛਾ ਅੱਛਾ ਜੀ, ਸਾਨੂੰ ਜਾ ਦਿਓ ਅਫਜ਼ਲ ਬੱਟ, ਕਿੱਥੇ ਜਾ ਰਹੇ ਹੋ? ਆਸਿਫ ਕਸੂਰੀ ਆ ਗਏ ਨੇ, ਕਹਿੰਦੇ ਨੇ ਬਹੁਤ ਜ਼ਿਆਦਾ ਗੁੱਸਾ ਹੈ ਕੂ, ਨਹੀਂ ਤੇ ਗੁੱਸਾ ਕਿਉਂ ਆ? ਦਾਨਿਸ਼ ਕਹਿੰਦੇ ਨੇ ਗੁੱਡ, ਵਿੱਕੀ ਕਹਿੰਦੇ ਨੇ ਨਾਈਸ। ਲਓ ਜੀ 7:45 ਹੋ ਗਏ, ਹਾਂ ਜਾਣ ਦਾ ਟਾਈਮ ਕੋਲ ਆ ਗਿਆ, ਅਤੇ ਕੱਲ੍ਹ ਇਨਸ਼ਾਅੱਲਾ ਯੂਟਿਊਬ 'ਤੇ ਵੀ ਅਤੇ ਫੇਸਬੁੱਕ 'ਤੇ ਵੀ, ਦੋਵਾਂ 'ਤੇ ਆਵਾਂਗੇ, ਠੀਕ ਆ? ਅਤੇ ਸ਼ਹੀਨ ਕਹਿੰਦੇ ਨੇ ਵਾਟ ਕਲੱਬ ਯੂ ਵਰਕ ਇਨ? ਸ਼ਹੀਨ ਬਨੋ, ਇਟਸ ਨੋਟ ਕਲੱਬ ਹੈ, ਅਤੇ ਜਿਹੜਾ ਕਲੱਬ ਤੁਸੀਂ ਛੱਡਿਆ ਉਹਦੇ 'ਚ ਮੈਂ ਨੌਕਰੀ ਨਹੀਂ ਕੀਤੀ, ਕਿਉਂਕਿ ਤੁਹਾਡੀ ਰੈਪੂਟੇਸ਼ਨ ਇੰਨੀ ਖਰਾਬ ਸੀ, ਮੈਂ ਉਹਨਾਂ ਨੇ ਮੈਨੂੰ ਵੜਨ ਹੀ ਨਹੀਂ ਦਿੱਤਾ ਉਹਦੇ। ਅੱਛਾ, ਅਤੇ ਇਹ ਕੌਣ? ਦੀਪਜੋਤ ਕਹਿੰਦੇ ਨੇ ਮੇਰੇ ਕਮੈਂਟਸ ਗਾਇਬ ਕਿਵੇਂ ਹੋ ਜਾਂਦੇ ਨੇ? ਨਹੀਂ ਦੀਪਜੋਤ, ਗਾਇਬ ਨਹੀਂ ਹੁੰਦੇ, ਨਿਕਲ ਜਾਂਦੇ ਆ, ਕਦੀ ਕਦੀ ਨਜ਼ਰ ਆਉਂਦੇ, ਮੈਂ ਪੜ੍ਹਿਆ ਲੇਕਿਨ ਉਹ ਮੈਨੂੰ ਸਮਝ ਨਹੀਂ ਆਇਆ। ਹਾਂ ਅੱਛਾ, ਅਤੇ ਕਾਮਰਾਨ ਕਹਿੰਦੇ ਨੇ ਹਨੀ ਸਿੰਘ ਦਾ ਸੌਂਗ ਸੁਣਾਓ। ਚਾਰ ਬੋਤਲ ਵੋਡਕਾ ਕਾਮ ਮੇਰਾ ਰੋਜ਼ ਕਾ, ਨਾ ਮੁਝ ਕੋ ਕੋਈ ਰੋਕ ਕੇ ਨਾ ਕਿਸੀ ਨੇ ਰੋਕਾ। ਅਤੇ ਇਹ ਕੌਣ? ਰਜ਼ਾਕ ਭੱਟੀ ਹੈਲੋ ਕਰਦੇ ਪਏ ਨੇ। ਆਸਿਫ ਕਹਿੰਦੇ ਨੇ ਮੇਰਾ ਵੀ ਨਾਂ ਲੈ ਲਓ, ਆਸਿਫ ਕਸੂਰੀ, ਤੇਰਾ ਹੀ ਨਾਂ ਲੈਂਦੀ ਹਾਂ। ਹਾਂ ਅੱਛਾ, ਬੰਦਾ ਕਦੀ ਕਦੀ ਹੁੰਦਾ ਆਪਣੀ ਇੱਕ ਗਲਤੀ ਤੋਂ ਫੜਿਆ ਜਾਂਦਾ, ਸਿਰਫ ਇੱਕ ਛੋਟੀ ਸੀ ਗਲਤੀ ਇਨਸਾਨ ਕੋ, ਹਾਂ ਇਨਸਾਨ ਸੇ ਜ਼ਲੀਲ ਬਣਾ ਦਿੱਤੀ ਹੈ। ਇਸ ਕਰਕੇ ਬੰਦੇ ਨੂੰ ਚਾਹੀਦਾ ਵੀ ਗਲਤੀ ਤੋਂ ਅਵੋਇਡ ਕਰੇ, ਉਹ ਵੀ ਉਹ ਗਲਤੀ ਜਿਹਦੇ ਤੋਂ ਉਹਨੂੰ ਤੰਬੀਹ ਕੀਤੀ ਹੋਵੇ, ਉਹਨੂੰ ਵਾਰਨਿੰਗ ਦਿੱਤੀ ਗਈ ਹੋਵੇ, ਫਿਰ ਵੀ ਉਹ ਗਲਤੀ ਕਰੇ। ਹਾਂ ਜਿੱਦਾਂ ਵੇਖੋ ਨਾ, ਜਸ ਦਿਲ ਨੇ ਕੀ ਕੀਤਾ ਸੀ, ਕੁੜੀ ਨੂੰ ਡਾਇਰੈਕਟ ਮੈਸੇਜ ਕਰਤਾ ਉਹਦੇ ਨੰਬਰ 'ਤੇ, ਇੱਥੋਂ ਨੰਬਰ ਫੜ ਕੇ ਉਹਨੂੰ ਮੈਸੇਜ ਕਰ ਦਿੱਤਾ, ਹਾਂ ਇਨਬੋਕਸ 'ਚ ਮੈਸੇਜ ਕਰ ਦਿੱਤਾ, ਉਹ ਵਿਚਾਰੀ ਮੈਸੇਜ ਕਰਨੋਂ ਹੀ ਗਈ। ਹਾਂ ਉਹਦੇ ਘਰਦਿਆਂ ਨੇ ਦੇਖਿਆ ਹੋਣਾ ਵੀ ਆਹ ਕੀ ਹੋਇਆ, ਉਹ ਬੰਦਾ ਇੰਡੀਆ ਤੋਂ ਸਾਡੀ ਬੱਚੀ ਨੂੰ ਮੈਸੇਜ ਕਰਨ ਲੱਗ ਪਿਆ, ਉਹਨਾਂ ਫਿਰ ਵਿਚਾਰੀ ਦਾ ਉਹ ਬੰਦ ਕਰਾ ਦਿੱਤਾ ਪ੍ਰੋਗਰਾਮ। ਅਤੇ ਇੱਦਾਂ ਦੇ ਲੋਕ ਹੁੰਦੇ ਆ, ਆਸਿਫ ਕਸੂਰੀ ਵਾਲੇ ਬੰਦੇ ਹੁੰਦੇ ਆ, ਹੈ ਇਹਨਾਂ ਨੂੰ ਮਨਾ ਕਰੋ ਵੀ ਤੂੰ ਕਾਲ ਸ਼ਾਲ ਨਹੀਂ ਕਰਨੀ, ਤੂੰ ਮੈਸੇਜ ਸੁਸੇਜ ਨਹੀਂ ਕਰਨਾ। ਇੱਕ ਵਾਰੀ ਦਾ ਜ਼ਿਕਰ ਆ ਕਿ ਅਸੀਂ ਸਾਰੇ ਵਿਊਅਰਸ ਨੂੰ ਸੋਚਿਆ ਕਿ ਬਹੁਤ ਜ਼ਿਆਦਾ ਹੋ ਰਿਹਾ ਐਕਸਾਈਟਿਡ, ਚਲੋ ਦੁਬਈ ਆਏ ਹਾਂ, ਦੁਬਈ ਬੈਠ ਕੇ ਇਕੱਠੇ ਖਾਣਾ ਖਾਂਦੇ ਗਏ ਵੋ, ਅਤੇ ਇਸ ਸਿਲਸਿਲੇ 'ਚ ਸਾਰਿਆਂ ਦੇ ਨੰਬਰ ਲਿੱਤੇ ਗਏ ਉਹਨਾਂ ਨੂੰ ਸਕੈਜੂਅਲ ਦੱਸਣ ਵਾਸਤੇ। ਤਾਂ ਕੀ ਹੋਇਆ, ਇੱਕ ਦੋ ਲੋਕਾਂ ਨੇ ਵਿੱਚੋਂ ਵਾਰ ਵਾਰ ਕਾਲਿੰਗ ਕਰਨੀ ਸ਼ੁਰੂ ਕਰ ਦਿੱਤੀ, ਉਹਦੇ 'ਚ ਆਸਿਫ ਕਸੂਰੀ ਵੀ ਇੱਕ ਸੀ। ਇਹਨੂੰ ਮਨਾ ਕੀਤਾ ਗਿਆ ਵੀ ਦੇਖੋ ਮੈਸੇਜਿੰਗ ਵਾਸਤੇ ਸਿਰਫ ਆ ਨੰਬਰ ਦਿੱਤਾ ਗਿਆ, ਕਾਲ ਵਾਸਤੇ ਨਹੀਂ ਦਿੱਤਾ ਗਿਆ, ਲੇਕਿਨ ਨਹੀਂ ਬਾਜ਼ ਹੈ, ਇਹਨੂੰ ਮੈਂ ਫਿਰ ਬਲੌਗ ਲਾ ਦਿੱਤਾ, ਇੱਥੋਂ ਵੀ ਉੱਥੋਂ ਵੀ, ਆਹ ਹੁਣ ਮੇਰਾ ਬਲੌਗ ਖੋਲਿਆ, ਹੁਣ ਹਰ ਵਾਰੀ ਜਦੋਂ ਜਰਾ ਮੈਂ ਗੁੱਸਾ ਕਰਾਂ ਤਾਂ ਫਿਰ ਸੋਚਦਾ ਉਹ ਤੁਸੀਂ ਹਾਲੇ ਵੀ ਗੁੱਸਾ, ਉਹ ਹਾਲੇ ਵੀ ਗੁੱਸਾ, ਅਤੇ ਗੁੱਸਾ ਤਾਂ ਫਿਰ ਮੈਂ ਬਹੁਤ ਕਰਨੀ ਹੁੰਦੀ ਹਾਂ। ਮੁਦੱਸਰ ਕਹਿੰਦੇ ਨੇ ਜੀ ਸਾਡੇ ਕਾਕੇ ਅਹਿਮਦ ਨੇ, ਅੱਛਾ ਦਿਓ ਜਨਾਬ ਤੁਹਾਨੂੰ ਦਿਲ ਦੇ ਬੈਠਾ ਵਾ। ਅੱਛਾ ਜਬਰੌਲ ਇਸਲਾਮ ਕਹਿੰਦੇ ਨੇ ਆਫਟਰ 4 ਮੰਥਸ ਆਈ ਸੀ ਹੋ ਆਰ ਯੂ ਸਿਸਟਰ, ਆਈ ਐਮ ਵੈਰੀ ਵੈਲ, ਹਾਂ ਥੈਂਕ ਯੂ ਵੈਰੀ ਮੱਚ ਜਬਰੌਲ, ਤੂੰ ਬੜੇ ਦਿਨਾਂ ਬਾਅਦ, ਬੜੇ ਮਹੀਨਿਆਂ ਬਾਅਦ ਹੀ ਆਇਆ ਬਲਕਿ। ਹਾਂ ਆਲਿਆਨ ਕਹਿੰਦੇ ਨੇ ਅੱਜ ਮੇਰਾ SMS ਕਿਉਂ ਨਹੀਂ ਪੜਿਆ? ਆਲਿਆਨ ਖਾਨ ਸੋਰੀ ਯਾਰ, ਸਾਰੇ ਮੈਸੇਜਾਂ 'ਚੋਂ ਨਾ ਇੱਦਾਂ ਹੀ ਨਿਕਲੀ ਜਾ ਰਿਹਾ। ਅਤੇ ਬਹਾਦਰ ਬਹਿਰੋਜ਼ ਆ ਗਏ ਨੇ, ਕਹਿੰਦੇ ਨੇ ਮਿਸ ਯੂ ਟੂ। ਆਸਿਫ ਕਹਿੰਦੇ ਨੇ ਚੱਲ ਬਸ ਕਰਦੇ, ਆਸਿਫ ਕਸੂਰੀ ਹੁਣ ਪਤਾ ਲੱਗਾ ਵੀ ਗਲਤ ਹਰਕਤਾਂ ਨਹੀਂ ਕਰੀਦੀਆਂ, ਬਾਅਦ 'ਚੋਂ ਅੱਗੇ ਜਾ ਕੇ ਕੰਡੇ ਬੀਜੇ ਜਾਂਦੇ। ਤਾਹਰ ਯੂਬ ਕਹਿੰਦੇ ਨੇ ਜੀ ਕਦੀ ਸ਼ੇਰੋ ਸ਼ਾਇਰੀ ਵੀ ਕਰ ਲਿਆ ਕਰੋ, ਸ਼ੇਰੋ ਸ਼ਾਇਰੀ ਤੋਂ ਯਾਦ ਆਇਆ, ਚਲੋ ਮੈਂ ਤੁਹਾਨੂੰ ਆਪਣੀ ਗਜ਼ਲ ਸੁਣਾਉਂਦੀ, ਗਜ਼ਲ ਸੁਣਾਵਾਂ ਚਲੋ, ਮੇਰੀ ਆਪਣੀ ਜ਼ਾਤੀ ਮਿੱਟੀ ਵਾਲੀ। ਹਾਂ ਦੀਪਜੋਤ ਨੂੰ ਵੀ ਪਤਾ, ਆਸਿਫ ਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਜਿਹੜੇ ਬਾਕੀ ਪੁਰਾਣੇ, ਜਬਰੌਲ ਨੂੰ ਵੀ ਪਤਾ। ਮਿੱਟੀ ਰੱਜ ਰੱਜ ਪਾਣੀ ਪੀਤਾ, ਮਿੱਟੀ ਰੱਜ ਰੱਜ ਪਾਣੀ ਪੀਤਾ ਤੇ ਗਾਰਾ ਬਣ ਗਈ ਉਹ, ਸੁਣ ਜ਼ਰਾ ਨੀ ਮਿੱਟੀਏ ਮੇਰੇ ਦਿਲ ਦਾ ਕੋਠਾ ਲਿਪੋ, ਨਿਰੀ ਤਰੇਲਾ ਨਾਲ ਹੀ ਇਹ ਕੱਚਾ ਪੈਂਦਾ ਚੋ, ਵੇ ਪਿਪਲਾ ਛਾਵਾਂ ਵੰਡਦਾ, ਵੇ ਪਿਪਲਾ ਛਾਵਾਂ ਵੰਡਦਾ ਤੇਰਾ ਤਖਤਾ ਤੋਂ ਬਣਾ, ਪਹਿਲਾਂ ਹੇਠਾਂ ਬੈਠ ਦੇ ਹੁਣ ਉੱਤੇ ਲੰਮਿਆਂ ਪਾ, ਲੈ ਚੱਲ ਗਾਰੇ ਕੋਲ ਵੇ ਮੇਰਾ ਕੌਣ ਕਰੇ ਉਪਾ, ਮੈਂ ਮਿੱਟੀ ਗਾਰੇ ਹੇਠ ਤੇ, ਮੈਂ ਮਿੱਟੀ ਗਾਰੇ ਹੇਠ ਤੇ ਮੈਨੂੰ ਹਰ ਸ਼ੈ ਚਿੱਟੀ ਜਾਪਦੀ, ਕਦੀ ਹੂਕ ਆਵੇ ਮੇਰੇ ਅੰਦਰੋਂ ਹੱਕ ਲਾ ਸ਼ਰੀਕ ਦੀ ਥਾਪ ਦੀ, ਮੇਰਾ ਮੁਨਕਰ ਨਕੀਰ ਗਵਾਚਿਆ ਬਸ ਮਿੱਟੀ ਰਹਿ ਗਈ ਨਾਪ ਦੀ, ਮੇਰਾ ਮੁਨਕਰ ਨਕੀਰ ਗਵਾਚਿਆ ਅਤੇ ਬਸ ਮਿੱਟੀ ਰਹਿ ਗਈ ਨਾਪ ਦੀ। ਅਤੇ ਆਖਰ ਹਰ ਬੰਦੇ ਦੇ ਨਾਪ ਦੀ ਮਿੱਟੀ ਰਹਿ ਜਾਣੀ ਆ, ਇਸ ਕਰਕੇ ਜਿਹੜੇ 4 ਦਿਹਾੜੇ ਤੁਹਾਡੇ ਕੋਲ ਬਚਦੇ ਆ, ਇੱਕ ਦੂਸਰੇ ਨੂੰ ਹੱਸ ਕੇ
ਪਿਆਰ ਨਾਲ ਸਿੰਸੀਅਰਟੀ ਨਾਲ ਇੱਕ ਦੂਸਰੇ ਨਾਲ ਗੁਜ਼ਾਰ ਲਓ, ਉਹ ਹੀ ਵਧੀਆ ਗੱਲ ਹੈ ਬਜਾਇਜ਼ ਦੇ ਇੱਕ ਦੂਸਰੇ ਨੂੰ ਚੀਟ ਕਰਦੇ ਫਿਰੋ, ਟੈਨਸ਼ਨ ਦਿੰਦੇ ਫਿਰੋ, ਕਿਉਂਕਿ ਅਖੀਰ ਮਿੱਟੀ ਨਾਲ ਮਿੱਟੀ ਹੋਣਾ ਅਤੇ ਉਸ ਮਿੱਟੀ ਦਾ ਇੰਤਜ਼ਾਮ ਕਰਕੇ ਰੱਖੋ, ਇਸ ਮਿੱਟੀ ਦੇ ਇੰਤਜ਼ਾਮ 'ਚ ਲੱਗੇ ਰਹਿੰਦੇ ਹੋ, ਇਸ ਮਿੱਟੀ ਨੂੰ ਲੀੜੇ ਪਵਾਉਣ 'ਤੇ ਲੱਗੇ ਰਹਿੰਦੇ ਹੋ, ਇਸ ਮਿੱਟੀ ਨੂੰ ਇੰਟਰਟੇਨ ਕਿਸ ਤਰ੍ਹਾਂ ਕਰਨਾ ਉਹ ਸੋਚਦੇ ਰਹਿੰਦੇ ਹੋ, ਠੀਕ ਹੈ ਜੀ, ਹਰ ਕਿਸਮ ਦੇ ਲਾਲਚ 'ਚ ਪਏ ਰਹਿੰਦੇ ਹੋ, ਪੈਸੇ ਦਾ ਲਾਲਚ, ਠੀਕ ਹੈ, ਅਤੇ ਦੂਸਰਾ ਜਿਹੜਾ ਹਿਰਸ ਬਹੁਤ ਜ਼ਿਆਦਾ ਸਾਡੇ ਅੰਦਰ ਵੱਧ ਗਈ ਬਹੁਤ ਜ਼ਿਆਦਾ, ਅਤੇ ਇਹ ਲਾਲਚਾਂ ਤੋਂ ਬਾਹਰ ਆ ਚਲੋ, ਕਿਉਂਕਿ ਕਿੰਨੀ ਕੁ ਜ਼ਿੰਦਗੀ ਆ, ਕਿੰਨੇ ਕੁ ਕੋਠੇ ਪਾ ਕੇ ਤੁਸੀਂ ਅਤੇ ਬਹਿ ਜਾਣਾ ਕੀ ਆ, ਬੱਚੇ ਤੁਹਾਡੇ ਕਿੰਨੀ ਕੁ ਦੇਰ ਖਾ ਲੈਣਗੇ, ਅਖੀਰ ਇਸ ਤੋਂ ਪਹਿਲਾਂ ਕਿ ਤੁਹਾਨੂੰ ਠੂਵੇ ਅਤੇ ਸੱਪ ਖਾ ਜਾਣ, ਹੈ ਜੀ, ਅਤੇ ਲੋਕਾਂ ਦਾ ਮਾਲ ਖਾਣਾ ਛੱਡ ਦੇਵੇ ਬੰਦਾ, ਅਤੇ ਉਹ ਹੀ ਵਧੀਆ ਗੱਲ ਹੈ, ਠੀਕ ਹੋ ਗਿਆ, ਅਤੇ ਟਾਈਮ ਹੋ ਗਿਆ, ਕੱਲ੍ਹ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ, ਅਤੇ ਕੱਲ੍ਹ ਯੂਟਿਊਬ 'ਤੇ ਆਵਾਂਗੇ, ਕਿਉਂਕਿ ਅੱਜ ਯੂਟਿਊਬ 'ਤੇ ਨਹੀਂ ਆ ਸਕਦੇ, ਮੇਰਾ ਖਿਆਲ ਹੈ ਮੁਸ਼ਕਲ ਹੈ, ਅਤੇ ਕੱਲ੍ਹ ਇਨਸ਼ਾਅੱਲਾ ਫੇਸਬੁੱਕ 'ਤੇ ਵੀ ਮੁਲਾਕਾਤ ਹੋਏਗੀ, ਅਤੇ ਯੂਟਿਊਬ 'ਤੇ ਵੀ, ਯੂਟਿਊਬ 'ਤੇ ਜਿਹੜੇ ਨਹੀਂ ਜਾ ਸਕਦੇ ਉਹ ਜਾ ਕੇ ਉਹ ਜਿਹੜਾ ਕੈਂਟੀ ਦਾ ਬਟਨ ਹੈ ਕਾਇੰਡਲੀ ਉਹਨੂੰ ਜ਼ਰੂਰ ਨਾ ਆਪਣਾ, ਗੂਗਲ 'ਤੇ ਜਾਓ, ਗੂਗਲ 'ਤੇ ਜਾ ਕੇ ਅੱਛਾ ਹੁਰਾਰਾ ਲੱਕ ਦਾ ਇਸ਼ਾਰਾ ਅੱਖ ਦਾ ਕੁਟਨਾਗ ਵਾਂਗ ਖਾਂਦੀ ਕੁੜੀ ਕੁੜੀ ਦੀ ਮਟਕ ਚਲੀ ਨਾ ਜਾਂਦੀ, ਮਟਕ ਚਲੀ ਨਾ ਜਾਂਦੀ, ਹਾਏ ਹਾਏ ਤੇਰੀ ਪੰਜਾਬੀ ਬਣਨੀ ਬਹੁਤ ਔਖੀ ਆ, ਹਾਂ ਠੀਕ ਹੈ ਜੀ, ਅਤੇ ਇਨਸ਼ਾਅੱਲਾ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ, ਇੱਕ ਦੂਸਰੇ ਵਾਸਤੇ ਚੰਗਾ ਸੋਚੋ ਹਮੇਸ਼ਾ, ਕਿਸੇ ਵਾਸਤੇ ਆਪਣੇ ਮੂੰਹ 'ਚੋਂ ਕੋਈ ਗੱਲ ਕੱਢਣ ਲੱਗੋ ਅਤੇ ਚੰਗੀ ਕੱਢੋ, ਠੀਕ ਆ, ਕੋਈ ਪਤਾ ਨਹੀਂ ਉਹ ਤੁਹਾਡੀ ਆਖਰੀ ਗੱਲ ਹੋਵੇ, ਬਹੁਤ ਬਹੁਤ ਸ਼ੁਕਰੀਆ ਜੁਆਇਨ ਕਰਨ ਦਾ, ਅਤੇ ਯੂਟਿਊਬ 'ਤੇ ਜਾ ਕੇ ਸ਼ੇਅਰ ਕਰਨਾ, ਅਤੇ ਉਹ ਕੈਂਡੀ ਦਾ ਬਟਨ ਆਪਣਾ ਨਾ ਭੁੱਲਣਾ, ਇਨਸ਼ਾਅੱਲਾ ਕੱਲ੍ਹ ਮੁਲਾਕਾਤ ਹੋਏਗੀ, ਨਾਨਾ ਸੁਣਾਉਣ ਇਜਾਜ਼ਤ ਦਿਓ, ਰੱਬ ਰਾਖਾ।